गोविन्द गोविन्द संग नाम मन मनलीणा गोविन्द 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 संग

प्रीत चरण कबीरा नीच को लहरो पयो गुणि गहीरा तोर नीत ਤਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸਨ ਪਾਇਆ ਸੈਣ ਨਾਈ ਬੁੱਤ ਕਾਰੀਆ ਓ ਕਰ ਕਰ ਸੁਣਿਆ ਹਿਰਦੈ ਵਸੈ ਆਉ ਪੌਰ ਬ੍ਰਹਮ ਭਗਤਾ ਮੈਂ ਗਣਿਆ ਇਹ ਬਿਦ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ ਮੇਲੇ ਪ੍ਰਤੱਖ ਗੁਸਾਈਆਂ ਤੰਨਾ ਵੜ ਪਾਗਾ ਇਹ ਬਿੱਦ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ मेले प्रताख गुसाइया तना वड पागा गुरु जी का खालसा गुरु जी की फतेह परम सत्कार योग ਗੁਰੂ ਪਿਆਰੀ ਗੁਰੂ ਸواری ਸਤ ਸੰਗਤ ਜਿਓ ਅੰਮ੍ਰਿਤ ਵੇਲੇ ਤੋਂ ਸਜੇ ਪਵਿੱਤਰ دیਵਾਨ ਪ੍ਰਭਾਤ ਵੇਲੇ ਦਾ ਸਮਾਂ ਹੋ ਗਿਆ ਤੇ ਆਪ ਸਰਬੱਤ ਸੰਗਤਾਂ ਮਾਈ ਭਾਈ ਸਰਵਣ ਕਰ ਰਹੇ ਹੋਂ ਲੜੀ ਵਾਰ ਗੁਰ ਸ਼ਬਦ ਕਥਾ ਵਿਚਾਰ ਪਾਵਨ ਬਾਣੀ ਜਪ ਸਾਹਿਬ ਕਲਗੀਧਰ ਪਿਤਾ ਦੀ ਇਹ ਪਾਵਨ ਰਚਨਾ ਹੈ ਜਿਹਦੇ ਵਿੱਚ ਮੇਰੇ ਸਾਹਿਬਾਂ ਨੇ ਉਸ ਰੰਕਾਰ ਦੇ ਪਾਵਨ ਗੁਣਾਂ ਨੂੰ ਗਾਇਨ ਕੀਤਾ। ਇਹ ਗੁਣ ਈਸ਼ਵਰ ਸੇ ਗਾਇਨ ਕੀਤੇ ਹਨ। ਕਿ ਹਰ ਪ੍ਰਾਣੀ ਮਾਤਰ ਹਰ ਰੋਜ ਇਨ੍ਹਾਂ ਗੁਣਾਂ ਨੂੰ ਗਾਇਨ ਕਰੇ। ਹਰ ਰੋਜ ਗਾਇਨ ਕਰਨ ਦੀ ਮਰਿਆਦਾ ਇਸ ਕਰਕੇ ਹੈ ਕਿ ਹਰ ਰੋਜ਼ ਜਦੋਂ ਗਾਇਨ ਕਰੇਗਾ ਤੇ ਇਹ ਗੁਣ ਹਿਰਦੇ ਦੇ ਵਿੱਚ ਵਹਿ ਜਾਣਗੇ ਤੇ ਹਰ ਰੋਜ਼ ਗਾਇਨ ਕਰਦੇ ਆ ਕਰਦੇ ਆ ਕਰਦੇ ਆ ਇੱਕ ਦਿਨ ਐਸਾ ਆਏਗਾ ਕਿ ਹਰ ਟਾਈਮ ਹਰ ਸਮਾ ਹਰ ਸ਼ਣ ਹਰ ਸਵਾਸ ਇਹ ਪਰਮਾਤਮਾ ਦੇ ਗੁਣ ਗਾਇਨ ਕਰੇਗਾ ਜੇ ਜਦੋਂ ਗੁਰੂ ਦੀ ਕਿਰਪਾ ਸਦਕਾ ਇਹ ਸਮਾਂ ਆ ਜਾਏਗਾ ਕਿ ਸਵਾਸ ਸਵਾਸ ਹਰ ਨਾਮ ਜਪ ਉਠਤ ਬੈਠਤ ਸੋਵਤ ਨਾਮ ਗੁਰਮੁਖ ਰੋਮ ਰੋਮ ਹਰ ਧਿਆਵੈ ਇਹ ਅਵਸਥਾ ਆ ਜਾਏਗੀ ਕਿ ਉੱਠਦਿਆਂ ਕੀ ਬੈੰਦਿਆਂ ਕੀ ਖਾਂਦਿਆਂ ਕੀ ਪੀਂਦਿਆਂ ਕੀ ਹਰ ਸਮੇਂ ਪਰਮਾਤਮਾ ਦਾ ਸਿਮਰਨ ਸਿਮਰਨ ਕਰਦੇ ਆਂ ਕਰਦੇ ਆਂ ਕਰਦੇ ਆਂ ਜਦੋਂ ਸੁਰਤ ਉਸ ਸ਼ਬਦ ਵਿੱਚ ਜੁੜ ਜਾਏਗੀ ਫਿਰ ਗੁਰੂ ਪਿਆਰੀ ਸਾਧ ਸੰਗਤ ਜੀ ਇਹਨੂੰ ਉਸ ਪਾਰ ਬ੍ਰਹਮ ਪਰਮੇਸ਼ਰ ਪਰਮਾਤਮਾ ਦੇ ਦੀਦਾਰ ਹੋ ਜਾਵਣਗੇ ਫਿਰ ਆਉਣ ਜਾਣ ਰਹੋ ਅਰਥਾਤ ਕਰਮ ਸਭ ਖਤਮ ਕਰਮ ਦਾ ਫਲ ਭੋਗਣਾ ਖਤਮ ਕਰਮ ਬਣਨੇ ਖਤਮ ਤੇ ਕਰਮ ਐਸੇ ਗੁਰਮੁਖ ਦੇ ਉੱਪਰ ਆਪਣਾ ਪ੍ਰਭਾਵ ਨਹੀਂ ਪਾ ਸਕਦੇ ਕਿਸੇ ਵੀ ਤਰ੍ਹਾਂ ਦਾ ਇਸ ਵਾਸਤੇ ਕਲਗੀਧਰ ਪਿਤਾ ਜੀ ਨੇ ਇਹ ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕੀਤਾ ਹੈ ਕਲ ਦੇ دیਵਾਨਾਂ ਵਿੱਚ ਆਪ ਸਰਬੱਤ ਸੰਗਤਾਂ ਨੇ ਸਰਵਣ ਕਰਨਾ ਕੀਤਾ ਨਮੋ ਮੰਤ ਮੰਤਰੇ ਨਮੋ ਦਾ ਮਤਲਬ ਹੁੰਦਾ ਨਮਸ਼ਕਾਰ ਮੰਤਰੇ ਬਹੁਵਚਨ ਮੰਤ ਇਕਵਚਨ ਅਕਾਲ ਪੁਰਖ ਜੀਓ ਨਿਰੰਕਾਰ ਜੀਓ ਤੁਹਾਡੇ ਚਰਨਾਂ ਦੇ ਵਿੱਚ ਨਮਸ਼ਕਾਰ ਹੈ ਕਿਉਂਕਿ ਸਭ ਮੰਤਰਾਂ ਦਾ ਬੀਜ ਮੰਤਰ ਤੁਸੀਂ ਖੁਦ ਹੋ ਓੰਕਾਰ ਇਹ ਜਿਹੜਾ ਓੰਕਾਰ ਹੈ ਇਹ ਸਭ ਮੰਤਰਾਂ ਦਾ ਬੀਜ ਮੰਤਰ ਹੈ ਓੰਕਾਰ ਬ੍ਰਹਮ ਉਤਪਤ ਓੰਕਾਰ ਕੀਏ ਜਿਨ ਚਿਤ ਓੰਕਾਰ ਸੈਲ ਜੁਗ ਭਏ ਓੰਕਾਰ ਬ੍ਰਹਮ ਬੇਦ ਵਿੱਚ ਓੰਕਾਰ ਬ੍ਰਹਮ ਬੇਦ ਨਿਰਮੇ ਕਹਿੰਦੇ ਓੰਕਾਰ ਤੋਂ ਹੀ ਸਭ ਕੁਝ ਆਰੰਭ ਹੁੰਦਾ ਜਿੰਨੇ ਮੰਤਰ ਨੇ ਓੰਕਾਰ ਤੋਂ ਹੀ ਚੱਲਦੇ ਐ ਜਿੰਨੇ ਬੋਲ ਨੇ ਉਹਨਾਂ ਦਾ ਪ੍ਰਗਟਾਵਾ ਓੰਕਾਰ 35 ਦੇ ਵਿੱਚ ਜਿੰਨੇ ਅੱਖਰ ਨੇਗੇ 35 ਅੱਖਰ ਹੀ ਨੇ 35 ਦੀ ਆਰੰਭਤਾ ਓੰਕਾਰ ਊੜੇ ਤੋਂ ਹੁੰਦੀ ਆ ਊੜਾ ਓੰਕਾਰ ਤੇ ਜੇ ਹਿੰਦੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਸਾਧ ਸੰਗਤ ਜੀ ਆ ਆਉਂਦਾ ਓੰਕਾਰ ਜੇ ਇੰਗਲਿਸ਼ ਦੀ ਗੱਲ ਕਰੀਏ ਉਹਦੇ ਵਿੱਚ ਵੀ ਏ ਓੰਕਾਰ ਆ ਜਾ ਕੇ ਸਵਰ ਸਾਰਿਆਂ ਦੇ ਵਿੱਚ ਓੰਕਾਰ ਦਾ ਹੀ ਹੈ ਓੰਕਾਰ ਤੋਂ ਬਿਨਾ ਕੁਝ ਵੀ ਨਹੀਂ ਹੈ हे ਰੱਬ ਜੀਓ हे ਪਰਮੇਸ਼ਰ ਜੀਓ ਤੁਹਾਡੇ ਚਰਨਾਂ ਦੇ ਵਿੱਚ ਨਮਸ਼ਕਾਰ ਹੈ ਕਿਉਂਕਿ ਓੰਕਾਰ ਜੋ ਤੁਹਾਡਾ ਮੂਲ ਰੂਪ ਬਚਨ ਹਨ ਉਹ ਸਾਰੇ ਬੋਲਾਂ ਦਾ ਮੂਲ ਹੈ। ਬ੍ਰਹਿਮੰਡ ਦੇ ਵਿੱਚ ਜਿੰਨੇ ਵੀ ਸਵਰਨੇ ਹੁਣ ਮਨੁੱਖਾਂ ਦੇ ਅਲੱਗ-ਅਲੱਗ ਸਵਰਨੇ ਇਸ ਦੇਸ਼ ਦੇ ਵਿੱਚ ਜਿੰਨੇ ਵੀ ਲੋਕ ਰਹਿੰਦੇ ਹੈਗੇ ਬਹੁਤੇ ਸੂਬਿਆਂ ਦੀਆਂ ਐਸੀਆਂ ਬੋਲੀਆਂ ਨੇ ਜੋ ਦੂਜਿਆਂ ਨੂੰ ਸਮਝ ਨਹੀਂ ਆਉਂਦੀਆਂ। ਅਸੀਂ ਲੋਕ ਪੰਜਾਬੀ ਝੱਟ ਬੋਲਦੇ ਆ ਝੱਟ ਸਮਝ ਲੈਂਦੇ ਆ ਹੁਣ ਸਾਡੀ ਬੋਲੀ ਹੋਈ ਵੀ ਪੰਜਾਬੀ ਲੋਕ ਇੱਥੇ ਦੇ ਲੋਕ ਸਮਝ ਲੈਂਦੇ ਆ ਅਗਰ ਅਸੀਂ ਕੇਰਲਾ ਦੇ ਇਲਾਕੇ ਵਿੱਚ ਚਲੇ ਜਾਈਏ ਜੇ ਕੇਰਲਾ ਵਾਲੇ ਸਾਡੇ ਕੋਲ ਆ ਜਾਣ ਉਹਨਾਂ ਨੂੰ ਸਾਡੀ ਨਹੀਂ ਸਮਝ ਆਏਗੀ ਸਾਨੂੰ ਉਹਦਾ ਨਹੀਂ ਆਏਗਾ ਮਾਰਵਾੜੀ ਅਲੱਗ ਹੈ ਗੁਜਰਾਤੀ ਅਲੱਗ ਹੈ ਤਾਮਿਲ ਅਲੱਗ ਹੈ ਮਰਾਠੀ ਅਲੱਗ ਹੈ ਏਸੇ ਦੇਸ਼ ਦੇ ਵਿੱਚ ਹੀ ਬਹੁਤੀਆਂ ਭਾਸ਼ਾਵਾਂ ਨੇ ਜਿਹੜੀਆਂ ਇੱਕ ਦੂਜੇ ਨੂੰ ਸਮਝ ਨਹੀਂ ਆਉਂਦੀਆਂ ਤੇ ਵਿਦੇਸ਼ਾਂ ਦੀ ਤਾਂ ਸਾਹ ਸੰਗਤ ਜੀ ਫਿਰ ਸਮਝ ਕੀ ਆਉਣੀ ਹੈ ਬੇਸਾਬ ਨੇ ਮਨੁੱਖ ਹੀ ਬੇਸ਼ੁਮਾਰ ਲੈਂਗੁਏਜ ਬੋਲਦਾ ਹੈ ਉਹਦਾ ਮੂਲ ਓੰਕਾਰ ਹੈ ਹੁਣ ਮਨੁੱਖ ਤੋਂ ਥੋੜ੍ਹਾ ਜਿਹਾ ਸਾਧ ਸੰਗਤ ਜੀ ਹਟ ਕੇ ਗੱਲ ਕਰੀਏ ਪਸ਼ੂ ਪੰਛੀ ਜਾਨਵਰ ਜੀਵ ਜੰਤੂ ਇਹ ਵੀ ਬੋਲਦੇ ਆ ਹੁਣ ਆਪਣੇ ਘਰ ਦੇ ਵਿੱਚ ਆਪਾਂ ਮੱਛੀਆਂ ਰੱਖਦੇ ਆ ਮੱਛੀਆਂ ਬੋਲਦੀਆਂ ਮੱਛੀਆਂ ਦੀ ਆਵਾਜ਼ ਆਉਂਦੀ ਰੋਲੇ ਰੱਪੇ ਦੀ ਨਹੀਂ ਜਦੋਂ ਕਿ ਮੱਛੀਆਂ ਸਭ ਤੋਂ ਜ਼ਿਆਦਾ ਬੋਲਦੀਆਂ ਗਿਆ ਬੇਸ਼ੁਮਾਰ ਬੋਲਦੀਆਂ ਮੱਛੀਆਂ ਬੜੀਆਂ ਆਪਸ ਗੱਲਾਂ ਬਾਤਾਂ ਕਰਦੀਆਂ ਪਰ ਸਾਨੂੰ ਨਹੀਂ ਸੁਣਦੀਆਂ ਸਵਰ ਦਾ ਆਪਣਾ ਉਹਨਾਂ ਦਾ ਲੈਵਲ ਹੈ ਉਹਨਾਂ ਦੀ ਵੀ ਲੈਂਗੁਏਜ ਹੈਗੀ ਕੋਈ ਨਾ ਕੋਈ ਸ਼ੇਰਾਂ ਦੀ ਆਪਣੀਆਂ ਕੂਕਰਾਂ ਦੀ ਆਪਣੀਆਂ ਬਾਂਦਰਾਂ ਦੀ ਆਪਣੀਆਂ ਪੰਛੀਆਂ ਦੀ ਆਪਣੀਆਂ ਸਭ ਦੀ ਲੈਂਗੁਏਜ ਸਭ ਦੇ ਸਵਰ ਬੋਲ ਨੇ ਇਹ ਸਾਰੇ ਬੋਲ ਕਿੱਥੋਂ ਬਣੇ ਓੰਕਾਰ ਪਰਮਾਤਮਾ ਤੋਂ ਸ਼ਬਦਾਂ ਬੀਜ ਮੰਤਰੋ ਪਰਮੇਸ਼ਰ ਉਹ ਪਰਮਾਤਮਾ ਉਹ ਨਿਰੰਕਾਰ ਹੈ ਜਿਤਨੇ ਵੀ ਬੋਲ ਨੇ ਸ਼ਬਦਾਂ ਬੀਜ ਜਿਹੜਾ ਹੈਗਾ ਮੰਤਰ ਹੈਗਾ ਬੀਜ ਬੋਲ ਹੈਗਾ ਓੰਕਾਰ ਤਾਂ ਹੀ ਕਹਿੰਦੇ ਆ ਕਲਗੀਧਰ ਪਿਤਾ ਨਮੋ ਮੰਤ ਮੰਤਰੇ ਏ ਪਰਮੇਸ਼ਰ ਪਰਮਾਤਮਾ ਤੈਨੂੰ ਨਮਸਕਾਰ ਹੈ ਤੂੰ ਮੰਤਰਾਂ ਦਾ ਵੀ ਬੀਜ ਮੰਤਰ ਹੈ ਜਦੋਂ ਇਸ ਗੱਲ ਦਾ ਗਿਆਨ ਹੋ ਜਾਏਗਾ ਨਾ ਫਿਰ ਹਿਰਦੇ ਦੇ ਵਿੱਚੋਂ ਵਿਰੋਧਾਪਾਸ ਖਤਮ ਹੋ ਜਾਏਗਾ ਵਿਰੋਧਾਪਾਸ ਹਮੇਸ਼ਾ ਦ્વੈਤ ਕਰਕੇ ਪੈਦਾ ਹੁੰਦਾ ਹੈ ਮੇਰੇ ਜਿਹੜੇ ਵਿਚਾਰ ਨੇ ਤੁਹਾਡੇ ਵਿਚਾਰ ਮੇਰੇ ਵਿਚਾਰਾਂ ਦੇ ਅਨੁਸਾਰ ਹੋਣੇ ਚਾਹੀਦੇ ਅਗਰ ਨਹੀਂ ਤਾਂ ਮੇਰੀ ਬੁੱਧੀ ਤੁਹਾਡੇ ਵਿਚਾਰਾਂ ਨੂੰ ਸਵੀਕਾਰ ਨਹੀਂ ਕਰੇਗੀ ਕਿਉਂਕਿ ਮਨੁੱਖ ਦਾ ਅਹੰਕਾਰ ਇਤਨਾ ਪ੍ਰਭਲ ਹੋ ਜਾਂਦਾ ਹੈ ਕਿ ਮਨੁੱਖ ਕਹਿੰਦਾ ਜੋ ਹੋਵੇ ਮੇਰੇ ਅਕੋਰਡਿੰਗ ਹੋਵੇ ਮੈਂ ਕਿਸੇ ਦੇ ਅਕੋਰਡਿੰਗ ਨਹੀਂ ਚੱਲਣਾ ਜੋ ਮੈਂ ਸੁਣ ਰਿਹਾ ਉਹ ਮੈਨੂੰ ਮੇਰੇ ਅਨੁਸਾਰ ਸੁਣਾਇਆ ਜਾਵੇ ਭਾਵੇਂ ਮੈਂ ਅਧੂਰਾ ਭਾਵੇਂ ਪੂਰਾ ਭਾਵੇਂ ਮੈਂ ਗਲਤ ਹਾਂ ਅਗਰ ਮੈਂ ਗਲਤ ਹਾਂ ਤਾਂ ਮੈਨੂੰ ਜੋ ਤੁਸੀਂ ਠੀਕ ਠੀਕ ਸੁਣਾ ਰਹੇ ਨੇ ਉਹ ਵੀ ਤੁਸੀਂ ਮੇਰੇ ਗਲਤ ਦੇ ਅਨੁਸਾਰ ਹੀ ਸੁਣਾਉਣਾਗਾ ਕਿਉਂਕਿ ਮਨੁੱਖ ਬਰਦਾਸ਼ਤ ਨਹੀਂ ਕਰਦਾ कि जिन्नू मैं ठीक कह रहा हूं ओनु कोई गलत कवे जिन्नू मैं ठीक कह रहा हूं भामे ओ गलत होवे बिल्कुल होवे हुण मैं कहना 25 22 23 25 22 23 ਤੁਸੀਂ ਕਹਿੰਦੇ 25 22 50 ਹੁਣ 25 22 23 ਮੈਂ ਕਹਿ ਰਿਹਾ ਤੁਸੀਂ 25 22 50 ਕਹਿ ਰਹੇ ਹੋਗੇ ਤੁਸੀਂ ਮੈਨੂੰ ਦੱਸ ਰਹੇ ਮੇਰੇ ਮਨ ਦੇ ਵਿੱਚ ਦਵੈਤਾ ਆ ਗਈ ਮੈਂ 23 ਕਹਿ ਰਿਹਾ ਤੁਸੀਂ 50 ਕਹਿ ਰਹੇ ਹੋ ਮੈਂ ਆਪਣੇ ਆਪ ਨੂੰ ਸਹੀ ਸਮਝ ਰਿਹਾ ਤਾਂ ਤੁਹਾਨੂੰ ਮੈਂ ਗਲਤ ਨੇਚਰਰਲੀ ਸਮਝਾਂਗਾ ਫਿਰ ਵਿਰੋਧਾਪਾਸ ਆਏਗਾ ਲੜਾਈ ਝਗੜਾ ਜੇ ਮੈਂ 23 ਕਹਿ ਰਿਹਾ ਤੁਸੀਂ 50 ਕਹਿ ਰਹੇ ਹੋ ਤਾਂ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ 50 ਕਿਉਂ ਕਹਿ ਰਹੇ ਤੇ ਮੈਂ 23 ਕਿਉਂ ਕਹਿ ਰਿਹਾ ਜਦੋਂ ਅਸੀਂ ਆਪਣੇ ਆਪ ਨੂੰ ਵਾਚ ਕਰਾਂਗੇ ਅਗਲੇ ਨੂੰ ਵਾਚ ਕਰਾਂਗੇ ਪਰ ਠੀਕ ਅਸੀਂ ਆ ਜਾਂ ਉਹ ਆਪਣੇ ਆਪ ਪਤਾ ਲੱਗ ਜਾਏਗਾ ਮਨੋ ਕਹਿੰਦਾ ਨਹੀਂ ਮੈਂ ਠੀਕ ਆ ਮੇਰੇ ਅਕੋਰਡਿੰਗ ਚੱਲੋ ਮਨੁੱਖ ਤਾਂ ਕਹਿੰਦਾ ਜਿਹੜਾ ਪ੍ਰਮਾਤਮਾ ਕਿਰਪਾ ਕਰੇ ਨਾ ਉਹ ਵੀ ਮੇਰੇ ਅਨੁਸਾਰ ਕਰੇ ਆਪਣੇ ਅਨੁਸਾਰ ਨਾ ਕਰੇ ਕਾਲ ਯੁਗ ਦੀ ਇਤਨੀ ਮਿਹਰਬਾਨੀ ਹੈ ਕਿ ਮਨੁੱਖ ਸੱਚ ਵੀ ਆਪਣੇ ਅਨੁਸਾਰ ਸੁਣਨਾ ਚਾਹੁੰਦਾ ਹੈ ਸੱਚ ਸੁਣਾਓ ਪਰ ਉਹ ਸੁਣਾਓ ਜਿਹੜਾ ਮੇਰੇ ਅਨੁਸਾਰ ਹੋਵੇ ਅਨੁਸਾਰ ਦਾ ਮਤਲਬ ਗੁਲਾਮ ਉਹ ਸੱਚ ਨਾ ਸੁਣਾਓ ਜੋ ਮੇਰੇ ਅਨੁਸਾਰ ਨਾ ਹੋਵੇ ਆਮ ਸੁਣਦੇ ਆ ਕਿ ਸੱਚ ਬੜਾ ਕੌੜਾ ਹੁੰਦਾ ਹੈ ਇਹ ਸੁਣਨ ਨੂੰ ਹੁੰਦਾ ਪਰ ਇਹਦੀ વાસ્તਵਿਕਤਾ ਕੀ ਇਹ ਕਿਉਂ ਕਿਹਾ ਗਿਆ ਹੈ ਸੱਚ ਇੱਕ ਆਇਨਾ ਹੁੰਦਾ ਬਾਬਾ ਜੀ ਸ਼ੀਸ਼ਾ ਸੱਚ ਮਨੁੱਖ ਜੈਸੇ ਕਰਮ ਕਰਦਾ ਹੈਗਾ ਜੈਸੇ ਕਰਮ ਕਰਦਾ ਹੈ ਉਹਦੇ ਜੀਵਨ ਦੀ ਇੱਕ ਤਸਵੀਰ ਬਣ ਜਾਂਦੀ ਹੈ ਮਨੁੱਖ ਦੇ ਕੀਤੇ ਕਰਮਾਂ ਦੇ ਅਨੁਸਾਰ ਉਹਦੇ ਜੀਵਨ ਚਰਿੱਤਰ ਦੀ ਤਸਵੀਰ ਜਦੋਂ ਸੱਚ ਦੇ ਸਾਹਮਣੇ ਆਉਂਦੀ ਹੈ ਤਾਂ ਮਨੁੱਖ ਦੇਖ ਕੇ ਡਰ ਜਾਂਦਾ ਕਿ ਇਤਨਾ ਭਿਆਨਕ ਤੇ ਇਤਨਾ ਰੱਦੀ ਮੇਰਾ ਜੀਵਨ ਹੈ ਇਤਨਾ ਨਿਕੰਮਾ ਮੇਰਾ ਜੀਵਨ ਹੈਗਾ ਸੱਚ ਦੇ ਆਇਨੇ ਦੇ ਸਾਹਮਣੇ ਮੇਰੇ ਜੀਵਨ ਦੀ ਜਿਹੜੀ ਫੋਟੋ ਹੈ ਬੜੀ ਭੱਦੀ ਹੈ ਮਨੁੱਖ ਆਪਣੇ ਜੀਵਨ ਦੀ ਫੋਟੋ ਨੂੰ ਸਾਫ਼ ਸੁਥਰੀ ਕਰਨ ਦੀ ਬਜਾਏ ਸੱਚ ਦਾ ਆਇਨਾ ਤੋੜਨਾ ਪਸੰਦ ਕਰਦਾ ਹੈ। ਇਹ ਕਲਯੁਗ ਦੀ ਮਿਹਰਬਾਨੀ ਹੈ ਬਾਬਾ ਜੀ। ਮੈਂ ਨਹੀਂ ਬਦਲਣਾ ਗੁਰੂ ਬਦਲੇ ਜਾਂ ਪ੍ਰਮਾਤਮਾ ਬਦਲੇ ਜਾਂ ਧਰਮ ਬਦਲੇ। ਜਦੋਂ ਕਿ ਮਨੁੱਖ ਨੂੰ ਧਰਮ ਦੇ ਅਨੁਸਾਰ ਖੁਦ ਨੂੰ ਬਦਲਣਾ ਚਾਹੀਦਾ ਹੈ ਪਰ ਐਸਾ ਬਹੁਤਾ ਹੁੰਦਾ ਨਹੀਂ। ਸੰਸਾਰ ਦੇ ਵਿੱਚ ਜਿੱਥੇ-ਜਿੱਥੇ ਸੱਚ ਦਾ ਬੋਲਣਾ ਹੋਇਆ ਬਹੁਤ ਥੋੜਿਆਂ ਨੂੰ ਛੱਡ ਕੇ ਬਹੁਤ ਜ਼ਿਆਦਿਆਂ ਨੇ ਸੱਚ ਦਾ ਵਿਰੋਧ ਕੀਤਾ ਕਿਉਂ ਕਿ ਉਹਨਾਂ ਦਾ ਜੀਵਨ ਦੀ ਜਿਹੜੀ ਤਸਵੀਰ ਸੀ ਨਾ ਬਹੁਤ ਜ਼ਿਆਦਾ ਭਿਆਨਕ ਸੀਗੀ ਦੂਸਰੇ ਤਾਂ ਕਿ ਖੁਦ ਨੂੰ ਦੇਖਦੇ ਆ ਸ਼ਰਮ ਆਉਂਦੀ ਸੀ ਕਿ ਇਹ ਸਾਡਾ ਜੀਵਨ ਹੈ ਉਹਨਾਂ ਨੇ ਸੱਚ ਬੋਲਣ ਵਾਲਿਆਂ ਦੇ ਖਿਲਾਫ ਤੋਂ ਨੂੰ ਮਿਟਾਉਣਾ ਉਹਨਾਂ ਨੂੰ ਚੁੱਪ ਕਰਾਉਣਾ ਸ਼ੁਰੂ ਕੀਤਾ ਭਗਤ ਕਬੀਰ ਨਾਲ ਐਵੇਂ ਹੁੰਦਾ ਸੀ ਭਗਤ ਕਬੀਰ ਸੱਚ ਬੋਲਦੇ ਸਨ ਹੁਣ ਉਸ ਸਮੇਂ ਉਥੇ ਦੇ ਜਿਹੜੇ ਧਰਮ ਦੇ ਪ੍ਰਚਾਰਕ ਸਨ ਬਹੁਤਿਆਂ ਦਾ ਜੀਵਨ ਸੱਚ ਦੇ ਅਕੋਰਡਿੰਗ ਥੱਲੇ ਡਿੱਗਿਆ ਹੋਇਆ ਸੀ ਤੇ ਜਦੋਂ ਭਗਤ ਕਬੀਰ ਸੱਚ ਬੋਲਦੇ ਸਨ ਲੋਕਾਂ ਨੂੰ ਸੱਚ ਦੇ ਬਾਰੇ ਪਤਾ ਲੱਗਦਾ ਸੀ ਤੇ ਜਿਹੜੇ ਬੰਦੇ ਸੱਚ ਦੇ ਨਾਮ ਤੇ ਗਲਤ ਚੱਲਦੇ ਸਨ ਉਹਨਾਂ ਨੂੰ ਬੇਇੱਜ਼ਤੀ ਮਹਿਸੂਸ ਹੁੰਦੀ ਸੀ ਸ਼ਰਮ ਆਪਣੇ ਜੀਵਨ ਨੂੰ ਠੀਕ ਕਰਨ ਦੀ ਬਜਾਏ ਉਹਨਾਂ ਨੇ ਭਗਤ ਕਬੀਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਬੀਰ ਨੂੰ ਉੱਚਪ ਕਰਾ ਦਿਓ ਕਬੀਰ ਬੋਲ ਨਾ ਸਕੇ ਕਬੀਰ ਨੂੰ ਮਾਰ ਦਿਓ ਕਬੀਰ ਨੂੰ ਕਾਂਸੀ ਚੋਂ ਕੱਢ ਦਿਓ ਕਿਉਂ ਜਦੋਂ ਸੱਚ ਬੋਲਣ ਵਾਲਾ ਕੋਈ ਹੋਏਗਾ ਨਹੀਂ ਤੇ ਲੋਕਾਂ ਨੂੰ ਪਤਾ ਕੀ ਲੱਗੂ ਸੀ ਜੋ ਮਰਜ਼ੀ ਕਰੀ ਜਾਈਏ ਇਹ ਪਹਿਲਾਂ ਵੀ ਹੋ ਰਿਹਾ ਸੀਗਾ ਐਜ਼ ਪ੍ਰੈਜ਼ੈਂਟ ਵੀ ਹੋ ਰਿਹਾ ਤੇ ਅੱਗੇ ਵੀ ਹੋਏਗਾ ਸੱਚ ਬੋਲਣ ਵਾਲੇ ਦਾ ਵਿਰੋਧ ਹਮੇਸ਼ਾ ਹੀ ਹੋਏਗਾ ਤੇ ਹੋਏਗਾ ਉਹਨਾਂ ਦੇ ਵੱਲੋਂ ਜਿਹੜੇ ਸੱਚ ਦੇ ਧਾਰਨੀ ਨਹੀਂ ਹੈਗੇ ਜਿਹੜੇ ਕਹਿੰਦੇ ਸੱਚ ਸਾਨੂੰ ਸਾਡੇ ਅਨੁਸਾਰ ਸੁਣਾਓ ਸੋਕਰੇਟ ਦਾ ਮਨਸੂਰ ਦਾ ਸਮਸਤਬਰੇਜ਼ ਦਾ ਪੰਜਵੇਂ ਮਹਾਰਾਜ ਨੌਵੇਂ ਮਹਾਰਾਜ ਦਸਵੇਂ ਮਹਾਰਾਜ ਚਾਰੇ ਸਾਹਿਬਜ਼ਾਦੇ ਵਿਰੋਧ ਹੋਇਆ ਨਾ ਕਿਉਂਕਿ ਸੱਚ ਤੇ ਚੱਲਦੇ ਸਨ ਤੇ ਗੁਰੂ ਪਿਆਰੀ ਸਾਧ ਸੰਗਤ ਜਦ ਸੱਚ ਦਾ ਗਿਆਨ ਹੋ ਜਾਂਦਾ ਹੈ ਤੇ ਮਨੁੱਖ ਦੇ ਅੰਦਰੋਂ ਜਿਹੜੀ ਝੂਠ ਦੀ ਕੰਧ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਕਿਵ ਸੱਚਿਆਰਾ ਹੋਈਏ ਕਿ ਕੋੜਾ ਟੁੱਟੇ ਪਾਲ ਏ ਗੁਰੂ ਨਾਨਕ ਉਸ ਸੱਚ ਦੇ ਅੱਗੇ ਸੱਚਿਆਰਾ ਕਿਵੇਂ ਹੋਈਏ ਇਹ ਕੋੜ ਦੀ ਪੰਡ ਕਿਵੇਂ ਟੁੱਟੇ ਤੇ ਸਾਹਿਬ ਬਚਨ ਕਰਦੇ ਹੁਕਮ ਰਜਾਈ ਚੱਲਣਾ ਹੁਕਮ ਦਾ ਮਤਲਬ ਕਿ ਜੋ ਗੁਰੂ ਨੇ ਕਿਹਾ ਉਹਦੇ ਅਨੁਸਾਰ ਚੱਲਣਾ ਗੁਰੂ ਦਾ ਹੁਕਮ ਗੁਰੂ ਦੀ ਮਤ ਦੇ ਅਨੁਸਾਰ ਸਾਧ ਸੰਗਤ ਜੀ ਮੰਨਣਾ ਆਪਾਂ ਕੱਲ ਵਿਸਥਾਰ ਦੇ ਵਿੱਚ ਸਰਬਣ ਕਰ ਚੁੱਕੇ ਆ ਤੇ ਅਗਲਾ ਸਾਧ ਸੰਗਤ ਜੀ ਸਤਿਗੁਰੂ ਬਚਨ ਕਰਦੇ ਨਮੋ ਧਿਆਨ ਧਿਆਨੇ ਪਰਮਾਰਥ ਵਿੱਚ ਹੀ ਨਹੀਂ ਸੰਸਾਰ ਦੇ ਹਰ ਕੰਮ ਹਰ ਫੀਲਡ ਦੇ ਵਿੱਚ ਧਿਆਨ ਬੜਾ ਇੰਪੋਰਟੈਂਟ ਹੈ ਬਹੁਤ ਮਹੱਤਵਪੂਰਨ ਕੋਈ ਵੀ ਕੰਮ ਹੋਵੇ ਕੋਈ ਵਿਸ਼ਾ ਹੋਵੇ ਕੋਈ ਸਬਜੈਕਟ ਹੋਵੇ ਉਹਦੇ ਵਿੱਚ ਮੇਨ ਧਿਆਨ ਹੈ ਰੋਡ ਤੇ ਲਿਖਿਆ ਹੁੰਦਾ ਨਾ ਸੱਜੇ ਖੱਬੇ ਸਾਵਧਾਨੀ ਹਟੀ ਦੁਰਘਟਨਾ ਘਟੀ ਅਰਥਾਤ ਧਿਆਨ ਦੇ ਨਾਲ ਗੱਡੀ ਚਲਾ ਰਹੇ ਹਾਂ ਧਿਆਨ ਤੁਹਾਡਾ ਸੱਜੇ ਖੱਬੇ ਗਿਆ ਨਹੀਂ ਗੱਡੀ ਚਲਾਉਣ ਵੱਲੋਂ ਧਿਆਨ ਤੁਹਾਡਾ ਓਖੜਿਆ ਨਹੀਂ ਤੇ ਨਾਲ ਦੇ ਨਾਲ ਐਕਸੀਡੈਂਟ ਨਾਲ ਦੇ ਨਾਲ ਦੁਰਘਟਨਾ ਹੋ ਜਾਏਗੀ ਹਰ ਕੰਮ ਹਰ ਫੀਲਡ ਦੇ ਵਿੱਚ ਧਿਆਨ ਦੀ ਮਹੱਤਤਾ ਧਿਆਨ ਧੱਦੇ ਨੂੰ ਸਿਆਰੀ ਆੜੇ ਨੂੰ ਕੰਨ ਨੰਨਾ ਧਿਆਨ ਇਹ ਜਪ ਸਾਹਿਬ ਦਾ 186 ਮਾ ਛੰਦ ਸਮਾਪਤੀ ਦਾ ਪਦ ਹੈ 186 ਧਿਆਨ ਇਹ ਬਣਦਾ ਤਹਿ ਤੋਂ ਧਾਤੂ ਤਹਿ ਧਾਤੂ ਤੋਂ ਧਿਆਨ ਬਣਿਆ ਤੈ ਤਦਾਂ ਯਏ ਨੂੰ ਦਲਾਮ ਤੈ ਤੈ ਨਾਮਕ ਧਾਤੂ ਤੋਂ ਸ਼ਬਦ ਬਣਿਆ ਧਿਆਨ ਮਤਲਬ ਕੀ ਹੈ ਕਿਸੇ ਵੀ ਵਸਤੂ ਦੇ ਵਿੱਚ ਬਿਰਤੀ ਦਾ ਲੀਨ ਕਰਨਾ ਬਿਰਤੀ ਕਿਹਨੂੰ ਕਹਿੰਦੇ ਸਾਡੀ ਸੋਚ ਸਾਡੀ ਸੁਰਤ ਕਿਸੇ ਵੀ ਵਸਤੂ ਵਿੱਚ ਬਿਰਤੀ ਦਾ ਲੀਨ ਕਰਨਾ ਹੁਣ ਬਿਰਤੀ ਦਾ ਲੀਨ ਮਤਲਬ ਚਾਰੇ ਪਾਸਿਓਂ ਮਨ ਨੂੰ ਰੋਕ ਕੇ ਇੱਕ લક્ષ ਤੇ ਟਿਕਾਏ ਰੱਖਣ ਦੀ ਕਿਰਿਆ ਇਹਨੂੰ ਕਹਿੰਦੇ ਧਿਆਨ ਜਿਵੇਂ ਕੋਈ ਤੀਰ ਅੰਦਾਜ਼ ਹੈ ਉਹ ਆਪਣੇ ਚੇਲਿਆਂ ਨੂੰ ਤੀਰ ਸਿਖਾਰਿਆ ਚਲਾਉਣਾ ਆਪਣੇ ਚੇਲਿਆਂ ਨੂੰ ਕਮਾਨਾ ਦਿੱਤੀਆਂ ਤੀਰ ਦਿੱਤੇ ਐ ਤੇ ਕੁਝ ਦੂਰੀ ਤੇ ਉਹਨਾਂ ਨਿਸ਼ਾਨ ਲਾਏ ਨੇ ਕਿ ਚਲੋ ਇੱਥੇ ਤੀਰ ਮਾਰੂ ਪਿੰਨ ਪੁਆਇੰਟ ਤੇ ਮਾਰੂ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਨੂੰ ਕਹਿੰਦਾ ਤੁਸੀਂ ਤੀਰ ਨਿਸ਼ਾਨੇ ਤੇ ਤਾਂ ਮਾਰੋਗੇ ਤੁਹਾਡੀ ਜਿਹੜੀ ਸੁਰਤ ਤੁਹਾਡੀ ਜਿਹੜੀ ਬ੍ਰਿਤੀ ਤੁਹਾਡਾ ਜਿਹੜਾ ਮਨ ਹੁੰਦਾ ਸਾਰੇ ਪਾਸਿਆਂ ਤੋਂ ਹਟ ਕੇ ਕੇਵਲ ਉਸ ਨਿਸ਼ਾਨੇ ਵੱਲ ਹੋਣਾ ਚਾਹੀਦਾ ਤੁਹਾਡਾ ਜਿਹੜਾ ਧਿਆਨ ਹੈ ਤੁਹਾਡੀ ਜਿਹੜੀ ਸੁਰਤ ਹੈ ਤੁਹਾਡੀ ਜਿਹੜੀ ਸੋਚ ਹੈ ਨਾ ਹੱਥਾਂ 'ਚ ਹੋਣੀ ਚਾਹੀਦੀ ਨਾ ਪੈਰਾਂ ਦੇ ਵਿੱਚ ਨਾ ਅੱਖਾਂ 'ਚ ਨਾ ਕਮਾਨ 'ਚ ਨਾ ਤੀਰ 'ਚ ਤੁਹਾਨੂੰ ਕੇਵਲ ਉਹ ਨਿਸ਼ਾਨਾ ਦਿਖਣਾ ਚਾਹੀਦਾ ਹੈ ਤਾਂ ਵੱਜੂ ਜਾ ਕੇ ਇੱਕ ਨਿਸ਼ਾਨਾ ਹੁਣ ਮਨੁੱਖ ਦਾ ਇੱਕ ਗੋਲ ਹੈ ਇੱਕ ਨਿਸ਼ਾਨਾ ਹੈ ਕੀ ਕਿ ਮੈਂ ਡਾਕਟਰ ਬਣਨਾ ਹੈ ਉਹ ਡਾਕਟਰੀ ਕਿਤਾਬਾਂ ਪੜ੍ਹੇਗਾ ਉਹ ਹੀ ਕੁਝ ਸੁਣੇਗਾ ਤੇ ਉਹਨਾਂ ਲੋਕਾਂ ਦੀ ਹੀ ਸੰਗਤ ਕਰੇਗਾ ਹੁਣ ਇਹ ਕਹਿੰਦਾ ਮੈਂ ਪੁਲਿਸ ਵਾਲਾ ਬਣਨਾ ਉਹ ਫਿਰ ਉਹ ਪੜ੍ਹਾਈ ਕਰੇਗਾ ਇੱਕ ਨੇ ਐਡਵੋਕੇਟ ਬਣਨਾ ਉਹ ਉਹ ਪੜ੍ਹਾਈ ਕਰੇਗਾ ਕਿਉਂਕਿ ਇੱਕ ਸਾਹ ਸੰਗਜ ਨਿਸ਼ਾਨਾ ਲੈ ਲਿਆ ਤੇ ਇੱਕ ਨਿਸ਼ਾਨਾ ਅਗਰ ਲੈ ਲਿਆ ਤਾਂ ਫਿਰ ਪੂਰਾ ਉਹਦੇ ਤੇ ਧਿਆਨ ਲਾਣਾ ਪੈਣਾ ਪੂਰਾ ਕਨਸੈਂਟਰੇਟ ਕਰਨਾ ਪੈਣਾ ਇਕਾਗਰਤਾ ਬਣਾਣੀ ਪੈਣੀ ਹੈ ਸਭ ਪਾਸਿਓਂ ਮਨ ਨੂੰ ਰੋਕ ਕੇ ਇੱਕ ਪਾਸੇ ਲਾਉਣਾ ਇਹਨੂੰ ਕਹਿੰਦੇ ਧਿਆਨ ਜਿਵੇਂ ਮਾਂ ਆਪਣੀ ਧੀ ਨੂੰ ਕਹਿੰਦੀ ਪੁੱਤ ਮੈਂ ਜੋ ਤੈਨੂੰ ਗੱਲ ਸਮਝਾ ਰਹੀ ਹਾਂ ਧਿਆਨ ਨਾਲ ਸੁਣ ਅਗਰ ਤੂੰ ਧਿਆਨ ਨਾਲ ਸੁਣੇਗੀ ਨਹੀਂ ਤੇ ਫਿਰ ਕੰਮ ਕਰੇਗੀ ਕਿਵੇਂ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਆ ਤੇ ਟੀਚਰ ਕਹਿੰਦਾ ਬੱਚਿਓ ਧਿਆਨ ਨਾਲ ਅਗਰ ਧਿਆਨ ਨਾਲ ਮੇਰੀ ਗੱਲ ਨਹੀਂ ਸੁਣੋਗੇ ਤਾਂ ਫਿਰ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਧਿਆਨ ਸ਼ਬਦ ਦਾ ਅਖਰੀ ਅਰਥ ਹੈ ਚਾਰੇ ਪਾਸਿਓਂ ਮਨ ਨੂੰ ਰੋਕ ਕੇ ਇੱਕ ਹੀ ਲਖਸਤੇ ਟਿਕਾਏ ਰੱਖਣ ਦੀ ਕਿਰਿਆ ਕਿਸੇ ਵੀ ਵਸਤੂ ਦਾ ਮਨ ਵਿੱਚ ਪ੍ਰਤੱਖ ਭਾਵ ਨੂੰ ਧਾਰਨ ਕਰਨਾ ਇਹ ਧਿਆਨ ਹੈ ਧਿਆਨ ਦਾ ਅਖੀਰ ਚਿੰਤਨ ਖਿਆਲ ਮਹਾਰਾਜ ਬਚਨ ਕਰਦੇ ਨਮੋ ਧਿਆਨ ਧਿਆਨੇ ਏ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਪਰਮਾਤਮਾ ਧਿਆਨੀਆਂ ਵਿੱਚ ਧਿਆਨ ਸਰੂਪ ਵੀ ਤੂੰ ਹੈ ਧਿਆਨੀ ਅਰਥਾਤ ਜਿਵੇਂ ਮੰਨ ਲਓ ਅਸੀਂਾਂਗੇ ਧਿਆਨ ਜੋ ਸਾਡੀ ਕਿਰਿਆ ਹੈ ਜੋ ਪਰਮਾਤਮਾ ਨੂੰ ਅਸੀਂ ਯਾਦ ਕਰਨ ਦਾ ਜਿਸ ਤਰੀਕੇ ਦੇ ਨਾਲ ਸਾਡੇ ਅੰਦਰ ਜੋ ਯਾਦ ਕਰਨ ਦਾ ਤਰੀਕਾ ਹੈ ਨਾ ਪਰਮਾਤਮਾ ਨੂੰ ਉਹ ਪਰਮਾਤਮਾ ਹੀ ਹੈਗਾ ਕੋਈ ਵਾਹਿਗੁਰੂ ਸ਼ਬਦ ਨਾਲ ਯਾਦ ਕਰਦਾ ਕੋਈ ਕੰਗਾਰ ਨਾਲ ਕਰਦਾ ਕੋਈ RAM ਨਾਲ ਕਰਦਾ ਕੋਈ ਅੱਲੇ ਨਾਲ ਕਰਦਾ ਕੋਈ ਜਪਜੀ ਸਾਹਿਬ ਕੋਈ ਜਪ ਸਾਹਿਬ ਮਤਲਬ ਜਿਸ ਵੀ ਤਰੀਕੇ ਦੇ ਨਾਲ ਸੁਰਤ ਉਹਦੇ ਨਾਲ ਜੋੜਦੇ ਆ ਉਹ ਤਰੀਕਾ ਵੀ ਪ੍ਰਮਾਤਮਾ ਹੀ ਹੈ ਕੋਈ ਹੋਰ ਨਹੀਂ ਹੈਗਾ ਕੋਈ ਹੋਰ ਨਹੀਂ ਹੈਗਾ ਮਹਾਰਾਜ ਧਿਆਨੀਆਂ ਦੇ ਵਿੱਚ ਧਿਆਨ ਸਰੂਪ ਤੂੰ ਹੈ ਕਿਉਂਕਿ ਧਿਆਨ ਜਦੋਂ ਕਿਸੇ ਦਾ ਵੀ ਰੱਖਿਆ ਜਾਂਦਾ ਹੈ ਤ ਤੇਰੀ ਹੀ ਧਿਆਨ ਸ਼ਕਤੀ ਕੰਮ ਕਰਦੀ ਹੈ ਜਿਹਦੇ ਨਾਲ ਮਨ ਜਿਹੜਾ ਸੱਜੇ ਖੱਬੇ ਦੌੜਦਾਗਾ ਚੰਚਲ ਹੈ ਇਹਦੇ ਵਿੱਚ ਇਕਾਗਰਤਾ ਆ ਜਾਂਦੀ ਹੈ ਮਨ ਦੇ ਵਿੱਚ ਤੇ ਸਾਨੂੰ ਅਸਲੀ ਵਸਤੂ ਦਾ ਗਿਆਨ ਹੋ ਜਾਂਦਾ ਹੈ ਜੈਸੀ ਕਿਸੇ ਦੇ ਵਿੱਚ ਸਾਹ ਸੰਗਤ ਜੀ ਧਿਆਨ ਲਾਵਾਂਗੇ ਸਭ ਪਾਸਿਓਂ ਮਨ ਨੂੰ ਰੋਕ ਕੇ ਸਾਨੂੰ ਪਤਾ ਲੱਗ ਜਾਏਗਾ ਕਿ ਹੈ ਕੀ ਹੈਗਾ ਹੈ ਕੀ ਹੈ ਐਗਜ਼ਿਬੀਸ਼ਨ ਲੱਗਿਆ ਫੋਟੋਆਂ ਦਾ ਚਿੱਤਰਾਂ ਦਾ ਲੋਕੀ ਆਉਂਦੇ ਲੋਕੀ ਬੜੇ ਖੁਸ਼ ਹੁੰਦੇ ਦੇਖੋ ਪਹਾੜ ਨਦੀ ਨਾਲੇ ਇਸਤਰੀਆਂ ਪੁਰਸ਼ ਪਸ਼ੂ ਪੰਛੀ ਜਾਨਵਰਾਂ ਦੀਆਂ ਫੋਟੋਆਂ ਬਣੀਆਂ ਸਭ ਬੜੇ ਖੁਸ਼ ਨੇ ਦੇਖੋ ਇਹ ਪਹਾੜ ਕਿੰਨੇ ਸੋਹਣੇ ਹੈਗੇ ਇਹ ਘੋੜਾ ਕਿੰਨਾ ਸੋਹਣਾ ਇਹ ਪੰਛੀ ਕਿੰਨੇ ਸੋਹਣੇ ਨੇ ਲੋਕੀ ਵੇਖਦੇ ਪਰ ਜਦੋਂ ਉਸ ਐਗਜ਼ਿਬੀਸ਼ਨ ਹਾਲ ਦੇ ਵਿੱਚ ਕੋਈ ਚਿੱਤਰਕਾਰ ਆਉਂਦਾ ਹੈ ਨਾ ਪਸ਼ੂ ਦੇਖਦਾ ਨਾ ਪੰਛੀ ਵੇਖਦਾ ਨਾ ਨਦੀ ਨਾ ਨਾਲੇ ਨਾ ਪਹਾੜ ਉਹ ਕੇਵਲ ਰੰਗ ਦੇਖਦਾ ਉਹਦੀ ਜਿਹੜੀ ਨਜ਼ਰ ਹੁੰਦੀ ਹੈ ਰੰਗਾਂ ਤੇ ਜਾਂਦੀ ਹੈ ਉਹ ਨਹੀਂ ਫੋਟੋਆਂ ਦੇਖਦਾ ਉਹ ਦੇਖਦਾ ਕਿ ਇਹਨੇ ਰੰਗਾਂ ਨੂੰ ਕਿਸ ਤਰੀਕੇ ਦੇ ਨਾਲ ਭਰਿਆ ਇੱਥੇ ਜਾਮਨੀ ਰੰਗ ਹੈ ਇੱਥੇ ਪੀਲਾ ਰੰਗ ਹੈ ਇੱਥੇ ਕਾਲਾ ਰੰਗ ਹੈ ਆਮ ਮਨੁੱਖਾਂ ਦੇ ਜਿਹੜੇ ਨਜ਼ਰ ਹੁੰਦੀ ਸਾਂ ਸੰਗਤ ਜੋ ਰੰਗਾ ਤੇ ਨੇ ਸਿਰ ਮੂਰਤਾਂ ਤੇ ਜਾਂਦੀ ਹੈ ਪਰ ਚਿੱਤਰਕਾਰ ਦੇ ਜਿਹੜੀ ਨਜ਼ਰ ਹੁੰਦੀ ਹੈ ਨਾ ਬੜੀ ਬਰੀਕੀ ਵਾਲੀ ਕਿਉਂਕਿ ਉਹ ਬੜੇ ਧਿਆਨ ਦੇ ਨਾਲ ਵੇਂਦਾ ਹੈਗਾ ਜਦੋਂ ਅਸੀਂ ਕਿਸੇ ਵੀ ਵਸਤੂ ਨੂੰ ਧਿਆਨ ਤੇ ਨਾਲ ਵੇਖੀਏ ਵਿਚਾਰੀਏ ਸਾਨੂੰ ਵਸਤੂ ਦਾ ਸਹੀ ਗਿਆਨ ਪ੍ਰਾਪਤ ਹੁੰਦਾ ਪਰਮੇਸ਼ਰ 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 ਸੁਣਦੇ ਵੀ ਆ ਕਹਿੰਦੇ ਵੀ ਆ ਪੜ੍ਹਦੇ ਵੀ ਆ ਵੇਂਦੇ ਵੀ ਆ ਪਰ ਧਿਆਨ ਨਹੀਂ ਹੈਗਾ ਜਦੋਂ ਉਸ ਪਰਮੇਸ਼ਰ ਪਰਮਾਤਮਾ ਦੇ ਨਾਲ ਧਿਆਨ ਜੁੜਿਆ ਸਭ ਪਾਸਿਓਂ ਮਨ ਰੋਕਿਆ ਇੱਕ ਪਾਸੇ ਗਿਆ ਤਾਂ ਸਾਨੂੰ ਸਹੀ ਗੱਲ ਦਾ ਗਿਆਨ ਹੋਏਗਾ ਸਹੀ ਗੱਲ ਦਾ ਗਿਆਨ ਹੋਏਗਾ ਹੁਣ ਸਹੀ ਗੱਲ ਦਾ ਗਿਆਨ ਸਾਹ ਸੰਗਤ ਜੀ ਕਿਵੇਂ ਹੋ ਸਕਦਾ ਜਿਸ ਵਸਤੂ ਦੇ ਪ੍ਰਤੀ ਸਾਨੂੰ ਗਿਆਨ ਚਾਹੀਦਾ ਹੈ ਉਹਦੇ ਪ੍ਰਤੀ ਮਨ ਜੋੜਨਾ ਸਭ ਪਾਸਿਓਂ ਰੋਕ ਕੇ ਤੇ ਆਪਣੀ ਮਤ ਨੂੰ ਛੱਡ ਦੇਣਾ ਹੈ ਅਗਰ ਆਪਣੀ ਮਤ ਨੂੰ ਨਾਲ ਰੱਖਾਂਗੇ ਤਾਂ ਉਹਦਾ ਜਿਹੜਾ ਗਿਆਨ ਸਾਨੂੰ ਪੂਰਾ ਸਹੀ ਨਹੀਂ ਪ੍ਰਾਪਤ ਹੋਣਾ ਮਨ ਕੀ ਮਤ ਮੈਂ ਸਗਲ ਤਿਆਗੀ ਅਸਲ ਵਸਤੂ ਦਾ ਗਿਆਨ ਉਦੋਂ ਹੀ ਹੁੰਦਾ ਹੈ ਇਸ ਕਰਕੇ ਲਿਵ ਲੱਗਣ ਰੂਪ ਦੇ ਵਿੱਚ ਧਿਆਨ ਸਰੂਪ ਵੀ ਤੂੰ ਹੈ اے ਪਰਮਾਤਮਾ ਤੇਰੇ ਚਰਨਾਂ ਦੇ ਵਿੱਚ ਮੇਰੀ ਨਮਸ਼ਕਾਰ ਹੈ ਅਰਥਾਤ ਭਗਤ ਤੇਰੀ ਪ੍ਰਾਪਤੀ ਦੇ ਲਈ ਸ਼ਬਦ ਦਾ ਜਾਪ ਕਰਦੇ ਆ ਗੁਰੂ ਕਹਿੰਦਾ ਆ ਸ਼ਬਦੈ ਨੂੰ ਜਪ ਤੇ ਕਾਕਾ ਧਿਆਨ ਨਾਲ ਜਪੀ ਜਿਵੇਂ ਟੀਚਰ ਕਹਿੰਦਾ ਪੁੱਤਰ ਮੈਂ ਫਾਰਮੂਲਾ ਤੁਹਾਨੂੰ ਦੱਸਤਾ ਹੁਣ ਤੁਸੀਂ ਧਿਆਨ ਦੇ ਨਾਲ ਪ੍ਰੈਕਟਿਸ ਕਰੋ ਧਿਆਨ ਸਾਧ ਸੰਗਤ ਜਿਕ ਮਨੁੱਖ ਥੋੜੀ ਐ ਕੋ ਚੌਂਕੀਦਾਰ ਥੋੜੀ ਐ ਕੋ ਮਸ਼ੀਨ ਥੋੜੀ ਐ ਜੋ ਲੈ ਕੇ ਧਿਆਨ ਲੈ ਕੇ ਆਵਾਂਗੇ ਧਿਆਨ ਦਾ ਮਤਲਬ ਕਿ ਜਦੋਂ ਤੁਸੀਂ ਸਟੱਡੀ ਕਰਨੀ ਹੈ ਸਾਰੇ ਪਾਸੇ ਮਨ ਰੋਕ ਕੇ ਉਹ ਪੜੋ ਜੋ ਪੜ ਰਹੇ ਹੋਗੇ ਹੁਣ ਪੇਪਰਾਂ ਦੇ ਦਿਨ ਹੁੰਦੇ ਆ ਬੱਚੇ ਪੜਾਈਆਂ ਕਰਦੇ ਆ ਅੱਜ ਕੱਲ੍ਹ ਦੀਆਂ ਪੜਾਈਆਂ ਬੜੀਆਂ ਟਫ ਹੋ ਗਈਆਂ ਬੱਚੇ ਮਾਪਿਆਂ ਨੂੰ ਕਹਿੰਦੇ ਕਿ ਸਾਡੇ ਪੇਪਰ ਆ ਗਏ ਸਾਨੂੰ ਕੋਈ ਇਹੋ ਜੀ ਜਗ੍ਹਾ ਘਰ ਵਿੱਚ ਦਿਓ ਜਿੱਥੇ ਰੌਲਾ ਰੱਪਾ ਤੁਹਾਡਾ ਨਾ ਸਾਨੂੰ ਸੁਣੇ ਕਿਉਂ ਅਸੀਂ ਪੜ੍ਹਨਾ ਹੁੰਦਾ ਹੈ ਸਾਰੀ ਸਾਰੀ ਰਾਤ ਸਾਨੂੰ ਲੱਗ ਜਾਂਦੀ ਕਈ ਕਈ ਬੱਚੇ ਸਾਰੀ ਸਾਰੀ ਰਾਤ ਪੜਦੇ ਆ ਕਿ ਜਦੋਂ ਅਸੀਂ ਪੜਦੇ ਆ ਤੇ ਤੁਹਾਡੀ ਆਵਾਜ਼ਾਂ ਦੇ ਸਿਰ ਡਿਸਟਰਬ ਹੁੰਨੇ ਆ ਤੇ ਡਿਸਟਰਬਿੰਗ ਨੂੰ ਖਤਮ ਕਰਕੇ ਫਿਰ ਸਾਨੂੰ ਉਸੇ ਹੀ ਅਵਸਰ ਜਾ ਨੂੰ ਬੜਾ ਟਾਈਮ ਲੱਗਦਾ ਇੱਕ ਗੱਡੀ 120 ਤੇ ਜਾ ਰਹੀ ਹੈ ਕਿਸੇ ਕਾਰਨ ਕਰਕੇ ਬ੍ਰੇਕ ਮਾਰਨੀ ਪੈ ਗਈ ਹੁਣ 120 ਤੇ ਉਸੇ ਟਾਈਮ ਨਹੀਂ ਜਾਏਗੀ ਉਹਨੂੰ 120 ਤੇ ਉੱਠਣ ਤੇ ਟਾਈਮ ਲੱਗੇਗਾ ਬ੍ਰੇਕ ਮਾਰੇ ਹੌਲੀ ਹੌਲੀ ਗੱਡੀ 20 30 ਤੇ ਹੋ ਗਈ ਤੇ ਫੇਰਾ 120 ਤੇ ਨਾਲ ਦੇ ਨਾਲ ਥੋੜੀ ਹੋ ਜੇਗੀ ਹੌਲੀ ਹੌਲੀ ਹੋਏਗੀ ਇਸੇ ਤਰੀਕੇ ਦੇ ਨਾਲ ਸਾਧ ਸੰਗਤ ਜੇਕਰ ਕਿਸੇ ਵੀ ਵਸਤੂ ਦਾ ਗਿਆਨ ਪ੍ਰਾਪਤ ਕਰਨਾ ਹੈ ਤੇ ਮਨ ਸਾਰੇ ਪਾਸੇ ਰੋਕਣਾ ਪੈਣਾ ਹੁਣ ਪਰਮਾਤਮਾ ਦਾ ਆਪਾਂ ਧਿਆਨ ਧਰਦੇ ਆਂਗੇ ਸ਼ਬਦ ਦਾ ਜਾਪ ਕਰਦੇ ਆਂ ਮਨ ਸਾਡਾ ਸੱਜੇ ਖੱਬੇ ਦੌੜਦਾ ਧੀਆਂ ਦੇ ਵਿੱਚ ਪੁੱਤਰਾਂ ਵਿੱਚ ਜੀਵਨ ਸਾਥੀ ਵਿੱਚ ਧਨ ਦੌਲਤ ਵਿੱਚ ਪ੍ਰਤਿਸ਼ਟਾ ਦੇ ਵਿੱਚ ਪਦਾਰਥਾਂ ਦੇ ਵਿੱਚ ਵਿਸ਼ਿਆਂ ਦੇ ਵਿੱਚ ਵਿਕਾਰਾਂ ਦੇ ਵਿੱਚ ਗੁਣਾਂ ਦੇ ਵਿੱਚ ਔਗਣਾਂ ਦੇ ਵਿੱਚ ਸੰਗਤ ਵਿੱਚ ਕੁਸੰਗਤ ਵਿੱਚ ਕਿੰਨੇ ਪਾਸੇ ਮਨ ਦੌੜਦਾ ਹੈ ਤੁਸੀਂ ਆਪ ਦੱਸੋ ਸਾਰੇ ਪਾਸੇ ਮਨ ਨੂੰ ਰੋਕਣਾ ਹੈ ਇੱਕ ਪਾਸਾ ਦਰੋਣਾਚਾਰੀਏ ਦੇ ਚੇਲੇ ਹੈਗੇ ਕੌਰਵ ਤੇ ਪੰਡਵ ਉਹਨਾਂ ਨੂੰ ਤਨੁਰ ਵਿਦਿਆ ਸਿਖਾਉਂਦਾ ਪ੍ਰੈਕਟਿਸ ਕਰਾਉਂਦਾ ਬਹੁਤਾ ਸ਼ੁਰੂ ਹੋ ਗਿਆ ਉਹਨਾਂ ਨੂੰ ਸਿਖਾਉਂਦੇ ਆ ਅੱਜ ਉਹਨੇ ਟੈਸਟ ਰੱਖਿਆ ਇੱਕ ਦਰਖਤ ਦੇ ਵਿੱਚ ਉਹਨੇ ਨਾ ਇੱਕ ਮਿੱਟੀ ਦੀ ਬਣੀ ਹੋਈ ਚਿੜੀ ਲੁਕੋ ਦਿੱਤੀ ਸਾਰਿਆਂ ਨੂੰ ਬਾਰੇ ਬਾਰੇ ਤੁਨਸ਼ ਦਿੰਦਾ ਕਹਿੰਦੇ ਨਿਸ਼ਾਨਾ ਮਾਰੋ ਕੀ ਦਿਖਦਾ ਕੋਈ ਕਹਿੰਦਾ ਧਰਤੀ ਦਿਖਦੀ ਆਕਾਸ਼ ਦਿਖਦਾ ਦਰਖਤ ਦਿਖਦਾ ਕਹਿੰਦੇ ਰੱਖ ਦਿੱਤੀ ਕੋਈ ਕਹਿੰਦਾ ਮੈਨੂੰ ਦਰਖਤ ਦਿਖਦਾ ਆਕਾਸ਼ ਦਿਖਦਾ ਧਰਤੀ ਨਹੀਂ ਵਿਖਦੀ ਕੋਈ ਕਹਿੰਦਾ ਕੱਲਾ ਦਰਖਤ ਹੀ ਵਿਖਦਾ ਰੱਖ ਦੇ ਤੂੰ ਵੀ ਪੱਤੇ ਦਿਖਦੇ ਟਾਣੀਆਂ ਦਿਖਦੇ ਹੋਰ ਪੰਛੀ ਦਿਖਦੇ ਰੱਖ ਦੇ ਸਾਰਿਆਂ ਨੂੰ ਦਰੋਣਾਚਾਰ ਕੀ ਕਹਿੰਦਾ ਕਿ ਤੁਸੀਂ ਆਪਣੇ ਗੁਰੂ ਨੂੰ ਕਲੰਕ ਲਾਉਂਗੇ ਤੁਸੀਂ ਅਧੂਰੇ ਹੋ ਸਾਰਿਆਂ ਨੂੰ ਟੈਸਟ ਕਰਦੇ ਕਰਦੇ ਆ ਵਾਰੀ ਆ ਜਾਂਦੀ ਅਰਜੁਨ ਦੀ ਅਰਜਨ ਨੂੰ ਕਹਿੰਦਾ ਇਹ ਤੁਣਸ਼ ਚੁੱਕ ਤੀਰ ਚੁੱਕ ਤੈਨੂੰ ਕੀ ਦਿਖਦਾ ਅਰਜੁਨ ਜਿੱਧਰ ਗੁਰੂ ਇਸ਼ਾਰਾ ਕਰਦਾ ਉਧਰ ਵੇਖਦਾ ਕਹਿੰਦਾ ਜੀ ਮੈਨੂੰ ਅੱਖ ਦਿਖਦੀ ਹੈ ਅੱਖ ਤੈਨੂੰ ਧਰਤੀ ਦਿਖਦੀ ਹੈ ਨਾ ਜੀ ਆਕਾਸ਼ ਦਿਖਦਾ ਹੈ ਨਾ ਦਰਖਤ ਦਿਖਦਾ ਹੈ ਨਾ ਦਰਖਤ ਦੇ ਪੱਤੇ ਟਾਣੀਆਂ ਦਿਖਦੇ ਨਾ ਅੱਖ ਦਿਖਦੀ ਹੈ ਅੱਖ ਦਿਖਦੀ ਹੈ ਤੈਨੂੰ ਉਹ ਅੱਖ ਕੀ ਦੀ ਹੈ ਚਿੜੀ ਦੀ ਹੈ ਕਬੂਤਰ ਦੀ ਹੈ ਬਾਜ਼ ਦੀ ਹੈ ਕਹਿੰਦਾ ਮੈਨੂੰ ਨਹੀਂ ਪਤਾ ਮੈਨੂੰ ਤਾਂ ਕੱਲੀ ਅੱਖ ਦਿਖਦੀ ਹੈ ਕਹਿੰਦੇ ਫਿਰ ਤੈਨੂੰ ਜਿਹਦੇ ਅੱਖ ਦਿਖਦੇ ਤੇ ਪੰਖ ਦਿਖਦੇ ਉਹਦੇ ਪੈਰ ਦਿਖਦੇ ਕਹਿੰਦਾ ਬਹੁਤਾ ਨਾ ਮੇਰਾ ਟਾਈਮ ਖਰਾਬ ਕਰੋ ਮੈਨੂੰ ਅੱਖ ਦਿਖਦੀ ਹੈ ਇਹ ਹੈਗਾ ਧਿਆਨ ਇਹ ਧਿਆਨ ਹੈ ਗੁਰੂ ਪਿਆਰੇ ਸਾਥ ਸੰਗਤ ਸਾਰੇ ਪਾਸੇ ਮਨ ਨੂੰ ਰੋਕਿਆ ਕੇਵਲ ਇੱਕ ਦੇ ਵਿੱਚ ਲਾਇਆ ਤਹੀਂ ਤਾਂ ਸਹੀ ਗਿਆਨ ਪ੍ਰਾਪਤ ਹੋਇਆਗਾ ਪੰਜਵੇਂ ਮਹਾਰਾਜ ਬਚਨ ਕਰਦੇ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ RAM ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਧੁਨੀਐ RAM ਏਕਾਲਪੁਰਖ ਪਾਰਬ੍ਰह्म ਪਰਮੇਸ਼ਰ ਪਰਮਾਤਮਾ ਤੂੰ ਹੀ ਧਿਆਨੀ ਹੋ ਕੇ ਧਿਆਨ ਨੂੰ ਲਗਾ ਰਿਹਾ ਹੈ ਅਰਥਾਤ ਜਦ ਬੰਦਗੀ ਕਰਦੇ ਨਾਮ ਜਪਦੇ ਈਸ਼ਵਰ ਚਿੰਤਨ ਕਰਦੇ ਆ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਅੰਦਰ ਜੋ ਧਿਆਨ ਹੈ ਉਹ ਪਰਮੇਸ਼ਰ ਪਰਮਾਤਮਾ ਹੀ ਹੈ ਕੋਈ ਹੋਰ ਨਹੀਂ ਹੈਗਾ ਮਹਾਰਾਜ ਦਾ ਪਾਵਨ ਬਚਨਾ ਆਪੇ ਦਾਨਾ ਬੀਨਿਆ ਆਪੇ ਪ੍ਰਧਾਨਾ ਆਪੇ ਰੂਪ ਦਿਖਾੜਦਾ ਆਪੇ ਲਾਇ ਧਿਆਨਾ ਅਗਰ ਪਰਮਾਤਮਾ ਦੇ ਸਿਮਰਨ ਦੇ ਵਿੱਚ ਸਾਡਾ ਧਿਆਨ ਲੱਗਦਾ ਪਏ ਉਹ ਪਰਮਾਤਮਾ ਦੀ ਕਿਰਪਾਈ ਹੈ। ਅਗਰ ਪਰਮੇਸ਼ਰ ਪਰਮਾਤਮਾ ਸਾਡੇ ਸੁਰਤ ਜੁੜੀ ਹੈ ਪਰਮੇਸ਼ਰ ਦੀ ਕਿਰਪਾ ਹੈ। ਆਪਾਂ ਵਾਹਿਗੁਰੂ ਇੱਕ ਵਾਰ ਜਪਦੇ ਆਂ ਪਤਾ ਨਹੀਂ ਕਿੰਨੇ ਵਾਰ ਮਨ ਕਿੱਥੇ ਕਿੱਥੇ ਦੌੜ ਆਉਂਦਾਗਾ। ਇੰਗਲੈਂਡ ਅਮਰੀਕਾ ਚਲੇ ਜਾਂਦਾਗਾ। ਕੈਨੇਡਾ ਆਸਟ੍ਰੇਲੀਆ ਚਲੇ ਜਾਂਦਾ। ਹੋਰ ਤਾਂ ਹੋਰ ਨਰਕਾਂ ਸਵਰਗਾਂ 'ਚ ਵੀ ਹੋ ਕੇ ਆ ਜਾਂਦਾ ਸੱਚਖੰਡ 'ਚ ਵੀ ਹੋ ਕੇ ਆ ਜਾਂਦਾ। ਰਿਸ਼ਤੇਦਾਰੀਆਂ 'ਚ ਘੁੰਮ ਕੇ ਆ ਜਾਂਦਾ। ਕਿੰਨੇ ਪਾਸੇ ਮਨ ਦੌੜਦਾ ਟਿਕਦਾ ਤਾਂ ਹੈ ਨਹੀਂਗਾ। ਵਾਹਿਗੁਰੂ ਫਿਰ ਦੌੜ ਗਿਆ ਵਾਹਿਗੁਰੂ ਫਿਰ ਦੌੜ ਰਿਹਾ ਵਾਹਿਗੁਰੂ ਫਿਰ ਦੌੜ ਰਿਹਾ ਪਰ ਨਿਰੰਤਰ ਅਭਿਆਸ ਦੇ ਨਾਲ ਦੌੜਦਾ ਹੋਇਆ ਮਨ ਟਿਕਣਾ ਸ਼ੁਰੂ ਹੋ ਜਾਂਦਾ ਹੈ اے ਅਕਾਲ ਪੁਰਖ ਪਾਰਬ੍ਰह्म ਪਰਮੇਸ਼ਰ ਪਰਮਾਤਮਾ ਤੂੰ ਧਿਆਨੀਆਂ ਦੀ ਤਰਫ ਹਮੇਸ਼ਾ ਧਿਆਨ ਰੱਖਦਾ ਅਰਥਾਤ ਜੋ ਤੇਰੀ ਬੰਦਗੀ ਕਰਦੇ ਤੂੰ ਉਹਨਾਂ ਦੀ ਕੇਅਰ ਕਰਦਾਗਾ ਆਪਣੇ ਭਗਤਾਂ ਦੇ ਰੱਖਿਆ ਕਰਦਾ ਜਿਹੜਾ ਤੇਰੇ ਭਗਤਾਂ ਨੂੰ ਦੁੱਖ ਦਿੰਦਾ ਤੂੰ ਉਹਨਾਂ ਦਾ ਭੋਗ ਪਾ ਦੇਣਾ ਭਗਤਾਂ ਦੀ ਸਦਾ ਤੋਂ ਰੱਖਦਾ ਆਇਆ ਹਰ ਜਿਓ ਧੁਰ ਤੋਂ ਰੱਖਦਾ ਆਇਆ ਪ੍ਰਹਿਲਾਦ ਜਨ ਤੁਦ ਰੱਖ ਲੈ ਹਰ ਜਿਓ ਹਰਨਾਕਸ਼ ਮਾਰ ਪਚਾਇਆ ਹਰ ਯੁਗ-ਯੁਗ ਦੇ ਵਿੱਚ ਪ੍ਰਹਿਲਾਦ ਹੁੰਦਾ ਹਰ ਯੁਗ-ਯੁਗ ਦੇ ਵਿੱਚ ਹਰਨਾਕਸ਼ ਹੁੰਦਾ ਤੇ ਪਰਮਾਤਮਾ ਹਰ ਯੁਗ-ਯੁਗ ਵਿੱਚ ਭਗਤਾਂ ਦੀ ਰੱਖਿਆ ਕਰਦਾ ਤੇ ਭਗਤਾਂ ਨੂੰ ਤੰਗ ਕਰਨ ਵਾਲਿਆਂ ਨੂੰ ਨਾਸ ਕਰਦਾ ਜਿਹੜਾ ਵੀ ਸਾਧ ਸੰਗਤ ਜੀ ਪਰਮਾਤਮਾ ਦੀ ਬੰਦਗੀ ਕਰਨ ਵਾਲਿਆਂ ਨੂੰ ਪਰੇਸ਼ਾਨ ਕਰਦੇ ਐ ਭਾਵੇਂ ਕੋਈ ਨਿੰਦਿਆ ਕਰੇ ਭਾਵੇਂ ਕੋਈ ਸਾਧ ਸੰਗਤ ਜੀ ਉਹਨਾਂ ਨੂੰ ਫਿਜ਼ੀਕਲ ਤੰਗ ਕਰੇ ਉਹਨਾਂ ਦਾ ਹੱਕ ਮਾਰ ਲਵੇ ਢਿੱਡ ਤੇ ਲੱਤ ਮਾਰੇ ਉਹਨਾਂ ਦੀ ਬੁਰੀਾਈ ਕਰਦਾ ਪਿਆ ਉਹ ਹਰਨਾਕਸ਼ ਹੀ ਹੁੰਦੇ ਆ ਤੇ ਪ੍ਰਮਾਤਮਾ ਐਸਿਆਂ ਨੂੰ ਕਦੇ ਬਖਸ਼ਦਾ ਨਹੀਂ ਹੈਗਾ ਭਾਵੇਂ ਕੋਈ ਵੀ ਹੋਵੇ ਤੇ ਜਿਹੜੇ ਬੰਦਗੀ ਕਰਦੇ ਨਾਮ ਜਪ ਤੇ ਈਸ਼ਵਰ ਚਿੰਤਨ ਕਰਦੇ ਕਿਸੇ ਬੁਰਾ ਨਹੀਂ ਕਰਦੇ ਤੇ ਜਿੰਨਾ ਹੁੰਦਾ ਸਹਿਣ ਦੀ ਕੋਸ਼ਿਸ਼ ਕਰਦੇ ਆ ਉਹ ਪ੍ਰਹਿਲਾਦ ਕੈਟਾਗਰੀ ਵਿੱਚ ਜਾਂਦੇ ਭਾਵੇਂ ਕੋਈ ਵੀ ਹੋਵੇ हे पारब्रह्म परमेश्वर परमात्मा सारे ही ਧਿਆਨੀ ਤੇਰਾ ਧਿਆਨ ਲਾ ਰਹੇ ਨੇ ਕਿਉਂਕਿ ਸਾਰੇ ਧਿਆਨੀਆਂ ਦਾ ਲਕਸ਼ ਕੇਵਲ ਤੂੰ ਹੈਗਾ Hindu ਤੈਨੂੰ ਜਪਦੇ ਆ ਮੁਸਲਮਾਨ ਤੈਨੂੰ ਜਪਦੇ ਸਿੱਖ ਤੈਨੂੰ ਜਪਦੇ ਈਸਾਈ ਤੈਨੂੰ ਜਪਦੇ ਆ ਸਾਰੇ ਤੈਨੂੰ ਤਾਂ ਜਪਦੇ ਹੈਗੇ ਤੇਰੇ ਤੋਂ ਬਿਨਾ ਤਾਂ ਕੋਈ ਵੀ ਨਹੀਂ ਹੈਗਾ ਗੁਰੂ ਨਾਨਕ ਪਾਤਸ਼ਾਹ ਦਾ ਪਾਵਨ ਬਚਨ ਗੁਰਮੁਖ ਗਿਆਨ ਧਿਆਨ ਮਨ ਮਾਨ ਗੁਰਮੁਖ ਮਹਿਲੀ ਮਹਿਲ ਪਛਾਨ ਗੁਰਮੁਖ ਸੁਰਤ ਸਬਦ ਨੀਸਾਨ ਪਾਰ ਬ੍ਰਹਮ ਸਿਉ ਲਾਗੋ ਧਿਆਨ ਪੂਰਨ ਪੂਰ ਰਿਓ ਨਿਰਬਾਨ ਪ੍ਰੰਪੋ ਮੇਟ ਮਿਲੇ ਗੋਪਾਲ ਨਾਨਕੋ ਗੁਰ ਭਏ ਦਇਾਲ ਨਮੋ ਧਿਆਨ ਧਿਆਨੇ हे ਪਰਮੇਸ਼ਰ ਪਰਮਾਤਮਾ ਤੇਰੇ ਚਰਨਾਂ ਦੇ ਵਿੱਚ ਨਮਸ਼ਕਾਰ ਹੈ ਕਿਉਂਕਿ ਧਿਆਨੀਆਂ ਦੇ ਅੰਦਰ ਤੇਰੇ ਨਾਲ ਜੁੜਨ ਦੀ ਜੋ ਸ਼ਕਤੀ ਜੋ ਕਿਰਿਆ ਹੈ ਨਾ ਉਤੁਨ ਹੈ ਕੋਈ ਹੋਰ ਨਹੀਂ ਹੈਗਾ ਕੋਈ ਵੀ ਵਸਤੂ ਕੋਈ ਵੀ ਵਸਤੂ ਚਾਹੇ ਉਹ ਸਰੀਰ ਦੇ ਵਿੱਚ ਹੈ ਚਾਹੇ ਉਹ ਸਰੀਰ ਤੋਂ ਬਾਹਰ ਹੋਵੇ ਅਗਰ ਉਹਦੇ ਪ੍ਰਤੀ ਮਨ ਦਾ ਪ੍ਰਵਾਹ ਕੰਟੀਨਿਊਸ ਲਗਾਤਾਰ ਰਵੇ ਕੋਈ ਵੀ ਵਸਤੂ ਹੈਗੀ ਕੁਝ ਵੀ ਹੈ ਪਰਵੇਂ ਸਾਡੇ ਸਰੀਰ ਦੇ ਵਿੱਚ ਹੈ ਭਾਵੇਂ ਸਾਡੇ ਸਰੀਰ ਤੋਂ ਬਾਹਰ ਹੈ ਕੋਈ ਵੀ ਵਸਤੂ ਹੈਗੀ ਭਾਵੇਂ ਸਾਡੇ ਸਰੀਰ ਦੇ ਵਿੱਚ ਹੈ ਭਾਵੇਂ ਸਾਡੇ ਸਰੀਰ ਤੋਂ ਬਾਹਰ ਹੈ ਥੋੜੀ ਦੂਰ ਹੈ ਬਹੁਤੀ ਦੂਰ ਹੈ ਅਗਰ ਸਾਡੀ ਜਿਹੜੀ ਬਿਰਤੀ ਹੈ ਸਾਡੇ ਮਨ ਦਾ ਪ੍ਰਵਾਹ ਨਿਰੰਤਰ ਉਹਦੇ ਵਿੱਚ ਰਹਿੰਦਾਗਾ ਉਹਨੂੰ ਕਹਿੰਦੇ ਧਿਆਨ ਲਾ ਕੇ ਰੱਖਣਾ ਉਹਨੂੰ ਕਹਿੰਦੇ ਧਿਆਨ ਲਗਾਤਾਰ ਉਹਦੇ ਵੱਲ ਸਾਹ ਸੰਗਤ ਜੀ ਸੋਚਣਾ ਏਕ ਐਸੀ ਮਾਨਸਿਕ ਸ਼ਕਤੀਸ਼ਾਲੀ ਅਵਸਥਾ ਹੈ ਜਿਹਦੇ ਨਾਲ ਵਸਤੂ ਦੇ ਵਿੱਚ ਕਿਰਿਆ ਕੀਤੀ ਜਾ ਸਕਦੀ ਹੈ ਉਹਨੂੰ ਸਹਾਰਾ ਦਿੱਤਾ ਜਾ ਸਕਦਾ ਹੈ ਇਹ ਥੋੜਾ ਸਮਝਣਾ ਪਏਗਾ ਕੋਈ ਵੀ ਵਸਤੂ ਹੈ ਭਾਵੇਂ ਸਾਡੇ ਸਰੀਰ ਦੇ ਵਿੱਚ ਹੈ ਭਾਵੇਂ ਸਾਡੇ ਸਰੀਰ ਤੋਂ ਬਾਹਰ ਹੈ ਅਗਰ ਨਯੰਤਰ ਲਗਾਤਾਰ ਲਗਾਤਾਰ ਮਨ ਦੀ ਬਿਰਤੀ ਦਾ ਪ੍ਰਵਾਹ ਉਹਦੇ ਨਾਲ ਜੁੜਿਆ ਸਾਡਾ ਮਨ ਜੁੜਿਆ ਤਾਂ ਅਸੀਂ ਉਹਨੂੰ ਐਕਟੀਵੇਟ ਕਰ ਸਕਦੇ ਹਾਂ ਧਿਆਨ ਦੇ ਵਿੱਚ ਐਨੀ ਸ਼ਕਤੀ ਹੈਗੀ ਇਹਦੇ ਲਈ ਕੁਝ ਪਰਮਾਣ ਵਿਦਵਾਨ ਲੋਕ ਦਿੰਦੇ ਐ ਜਿਹੜੇ ਕਛਵੀ ਹੁੰਦੀ ਐ ਕਛੂਆ ਕਛਵੀ ਪਾਣੀ ਵਿੱਚ ਰਹਿੰਦੀ ਐ ਮેલ ਫੀਮੇਲ ਕਛੂ ਦੀ ਗੱਲ ਕਰਦੇ ਐ ਪਾਣੀ ਵਿੱਚ ਰਹਿੰਦੇ ਐ ਜਦੋਂ ਇਹ ਆਂਡੇ ਦੇਣਿਆ ਨੇ ਇਹ ਰੇਤ ਦੇ ਵਿੱਚ ਆਂਡੇ ਦਿੰਦੀ ਐ ਕਛਵੀ ਰੇਤ ਦੇ ਵਿੱਚ ਆਂਡੇ ਦੇ ਕੇ ਇਹ ਪਾਣੀ ਵਿੱਚ ਚਲੀ ਜਾਂਦੀ ਐ ਹਰ ਸਮੇਂ ਆਪਣੇ ਆਂਡਿਆਂ ਦਾ ਧਿਆਨ ਧਰਦੀ ਐ ਹਰ ਸਮੇਂ ਉੱਡਦੇ ਆਂ ਬੈੰਦੇ ਆਂ ਖਾਂਦੇ ਆਂ ਪੀਂਦੇ ਆਂ ਭਾਵੇਂ ਜਿੰਨੇ ਮਰਜੀ ਦੂਰ ਚਲੇਗੀ ਕਛਵੀ ماں ਆਪਣੇ ਜਿਹੜੇ ਆਂਡੇ ਦਿੱਤੇ ਧਿਆਨ ਉਹਦਾਂ ਦੇ ਵੱਲ ਹੈ ਧਿਆਨ ਦੀ ਇਤਨੀ ਸ਼ਕਤੀ ਹੈ ਇਤਨੀ ਸ਼ਕਤੀ ਹੈ ਕਿ ਆਂਡੇ ਪੱਕਦੇ ਆਂ ਉਹਦੇ ਵਿੱਚੋਂ ਛੋਟੇ ਛੋਟੇ ਕਛੂ ਨਿਕਲਦੇ ਆਂ ਬੱਚੇ ਨਿਕਲਦੇ ਆਂ ਉਹ ਆਂਡਿਆਂ ਚੋਂ ਨਿਕਲਦੇ ਸਾਰ ਪਾਣੀ ਵੱਲ ਦੌੜਦੇ ਆ ਧਿਆਨ ਚ ਇੰਨੀ ਤਾਕਤ ਹੈ ਤੁਸੀਂ ਕਦੇ ਸਾਰੇ ਐਜੂਕੇਟਿਡ ਉਹ ਪੜ੍ਹੇ ਲਿਖੇ ਹੋਗੇ Google ਤੇ ਸਰਚ ਮਾਰ ਲਏ ਜੀ ਆਮ ਤੁਹਾਨੂੰ ਡਿਸਕਵਰੀ ਦੇ ਕਲਿੱਪਾਂ ਮਿਲਣਗੀਆਂ ਕਛਵੀਆਂ ਪਾਣੀ ਚੋਂ ਨਿਕਲ ਕੇ ਆਂਡੇ ਰੇਤ ਵਿੱਚ ਦੇ ਕੇ ਜਾਂਦੀਆਂ ਚਲੀਆਂ ਜਾਂਦੇ ਫਿਰ ਵਾਪਸ ਪਾਣੀ ਵਿੱਚ ਦੁਬਾਰਾ ਉਹ ਆਂਡਿਆਂ ਕੋਲ ਆਣ ਨਾਣ ਕੋਈ ਫਰਕ ਨਹੀਂ ਪੈਂਦਾ ਨਿਰੰਤਰ ਉਹਨਾਂ ਦਾ ਆਪਸ ਵਿੱਚ ਗੈਪ ਰਹਿੰਦਾ ਹੈ ਜਦੋਂ ਆਂਡੇ ਫੁੱਟਦੇ ਉਹ ਪਾਣੀ ਵੱਲ ਕਿਉਂ ਦੌੜਦੇ ਹੈਗੇ ਉਹਨਾਂ ਨੂੰ ਕਿਹੜਾ ਪਤਾ ਵੀ ਸਾਨੂੰ ਕੀ ਨੇ ਜਨਮ ਦਿੱਤਾ ਉਹ ਕਿੱਥੇ ਹੈਗਾ ਧਿਆਨ ਚ ਇੰਨੀ ਸ਼ਕਤੀ ਹੈਗੀ ਕਛਵੀ ਦਾ ਧਿਆਨ ਹੈਗਾ ਭਗਤ ਧੰਨਾ ਜੀ ਕਹਿੰਦੇ ਗੁਰਬਾਣੀ ਵੀ ਕਹਿ ਰਹੀ ਹੈ ਕੁੰਮੀ ਜਲ ਮਾਹੇ ਤਨ ਤਿਸ ਬਾਹਰ ਪੰਖ ਨੀਰ ਤਿਨ ਨਾਹੀ ਪੂਰਨ ਪਰਮਾਨੰਦ ਮਨੋਹਰ ਸਮਝ ਲਿਓ ਮਨ ਮਾਹੀ ਕੁੰਮੀ ਦਾ ਮਤਲਬ ਕਛਵੀ ਕਛਵੀ ਹੈਗੀ ਜਲ ਦੇ ਅੰਦਰ ਆਂਡੇ ਨੇ ਬਾਹਰ ਨਾ ਕੁਝ ਉਹਨਾਂ ਨੂੰ ਖਾਣ ਨੂੰ ਨਾ ਕੁਝ ਪੀਣ ਨੂੰ ਨਾ ਕੋ ਉਹਨਾਂ ਦੇ ਪੰਖ ਨੇ ਨਾ ਕੁਝ ਪੈਰ ਨੇਗੇ ਸਿਰਫ ਉਹ ਪਾਣੀ ਦੇ ਵਿੱਚ ਰਹਿ ਕੇ ਆਪਣੇ ਬੱਚਿਆਂ ਦਾ ਧਿਆਨ ਧਰਦੀ ਹੈ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਉਹਦੇ ਧਿਆਨ ਦੇ ਬਲ ਦੇ ਨਾਲ ਆਂਡੇ ਪੱਕਦੇ ਆਂਡਿਆਂ ਚ ਬੱਚੇ ਨਿਕਲਦੇ ਆ ਤੇ ਸਿੱਧੇ ਪਾਣੀ ਵਿੱਚ ਜਾਂਦੇ ਆ ਦੂਸਰਾ ਪ੍ਰਮਾਣ ਤੁਸੀਂ ਸੋਧਰ ਦੀ ਬਾਣੀ ਪੜ੍ਹਦੇ ਹੋ ਉਹਦੇ ਵਿੱਚ ਪੰਕਤੀ ਆਉਂਦੀ ਹੈ ਕਿ ਉੜੈ ਉਡ ਆਵੈ ਸੈ ਕੋਸਾ ਇਸ ਬਾਛੇ ਬਛਰੇ ਚਰਿਆ ਤੈਨ ਕਵਣ ਖਲਾਵੈ ਕਵਣ ਛੁਗਾਵੈ ਮਨ ਮੈਂ ਸਿਮਰਨ ਕਰਿਆ ਇਹ ਰਹਿਰਾ ਸਾਹਿਬ ਦੀ ਬਾਣੀ ਦੀਆਂ ਪੰਕਤੀਆਂ ਗਿਆ ਜਿਹੜੀਆਂ ਕੁੰਝਾਂ ਹੁੰਦੀਆਂ ਇਹ ਠੰਡੇ ਇਲਾਕੇ ਦੇ ਵਿੱਚ ਰਹਿੰਦੀਆਂ ਗਿਆ ਜਿਵੇਂ ਇੱਥੇ ਮੰਨ ਲਓ ਪੂਰੀ ਗਰਮੀ ਹੈ ਇਹ ਫਿਰ ਚਲੇ ਜਾਂਦੇ ਬਰਫ਼ ਦੇ ਇਲਾਕੇ ਦੇ ਵਿੱਚ ਕਿਉਂਕਿ ਗਰਮੀ 'ਚ ਨਹੀਂ ਰਹਿ ਸਕਦੀਆਂ ਕੁੰਝਾਂ ਬਰਫ ਦੇ ਇਲਾਕੇ ਵਿੱਚ ਚਲੇ ਜਾਂਦੇ ਉੱਥੇ ਰਹਿੰਦੇ ਆ ਜਦੋਂ ਜਨਵਰੀ ਦਾ ਸਮਾਂ ਆਉਂਦਾ ਦਸੰਬਰ ਜਨਵਰੀ ਫਰਵਰੀ ਉਦੋਂ ਫਿਰ ਸਰਦੀਆਂ ਉੱਥੇ ਬਹੁਤ ਜ਼ਿਆਦੀਆਂ ਪੈਂਦੀਆਂ ਉੱਥੋਂ ਉੱਡ ਕੇ ਫਿਰ ਇਧਰਲੇ ਇਲਾਕਿਆਂ 'ਚ ਆ ਜਾਂਦੀਆਂ ਹੁਣ ਕੂੰਜਾਂ ਜਦੋਂ ਉੱਥੇ ਰਹਿੰਦੀਆਂਗੇ ਉੱਥੇ ਆਂਡੇ ਦੇ ਜਾਂਦੀਆਂ ਪਰ ਸਰਦੀ ਬਹੁਤ ਜ਼ਿਆਦੀ ਹੁੰਦੀ ਹੈ ਇਸ ਕਰਕੇ ਉੱਥੇ ਰੁਕ ਨਹੀਂ ਸਕਦੀਆਂ ਉਹਨਾਂ ਨੂੰ ਇਧਰ ਆਣਾ ਪੈਂਦਾ ਹੁਣ ਆਂਡਿਆਂ ਨੂੰ ਨਾਲ ਲਿਆ ਨਹੀਂ ਸਕਦੀਆਂ ਉਹ ਇਧਰਲੇ ਇਲਾਕਿਆਂ 'ਚ ਆ ਜਾਂਦੀਆਂ ਤੇ ਮਾਰਜ਼ੇ ਬਾਣੀ ਕਹਿੰਦੀ ਹੈ ਤੈਨ ਕਵਣ ਖਲਾਵੈ ਕਵਣ ਝੁਗਾਵੈ ਹੁਣ ਉਹ ਜਿਹੜੇ ਆਂਡੇ ਨੇਗੇ ਉਹਨਾਂ ਵਿੱਚੋਂ ਬੱਚੇ ਕਿਵੇਂ ਨਿਕਲਦੇ ਆ ਉਹਨਾਂ ਨੂੰ ਖਵਾੰਦਾ ਕੌਣ ਹੈ ਉਹਨਾਂ ਨੂੰ ਝਗਾਉਂਦਾ ਕੌਣ ਹੈ ਉਹਨਾਂ ਨੂੰ ਪਾਲਦਾ ਕੌਣ ਹੈ ਕੋਈ ਵੀ ਨਾ ਤਾਂ ਬਰਫ ਡਿਕਰੀ ਹੈ ਪਰ ਹਰ ਸਮੇਂ ਕੁੰਜਾਂ ਦਾ ਧਿਆਨ ਆਪਣੇ ਆਂਡਿਆਂ ਦੇ ਵਿੱਚ ਰਹਿੰਦਾ ਹੈ ਉਹਦੇ ਕਰਕੇ ਹੀ ਉਹਨਾਂ ਦਾ ਜੀਵਨ ਬਚਦਾ ਕਹਿੰਦੇ ਮਨ ਮੈਂ ਸਿਮਰਨ ਕਰਿਆ ਇੱਥੇ ਮਨ ਮੈਂ ਸਿਮਰਨ ਕਰੇ ਇਹ ਇਹ ਨਹੀਂ ਕਿ ਕੁੰਝਾਂ ਪ੍ਰਮਾਤਮਾ ਦਾ ਸਿਮਰਨ ਕਰਦੀਆਂ ਬੰਦੇ ਤੋਂ ਤਾਂ ਪ੍ਰਮਾਤਮਾ ਦਾ ਸਿਮਰਨ ਹੁੰਦਾ ਨਹੀਂ ਇਹ ਪਸ਼ੂ ਕੀ ਕਰ ਲੈਣਗੇ ਦੱਸੋ ਅਸੀਂ ਜ਼ਿਆਦਾਤਰ ਅਰਥ ਐਵੇਂ ਸੁਣਿਆ ਨਾ ਸਾਡੇ ਪ੍ਰਚਾਰਕ ਕਹਿੰਦੇ ਆ ਕਿ ਕੁੰਝਾਂ ਵਾਹਿਗੁਰੂ ਦਾ ਸਿਮਰਨ ਕਰਦੀਆਂ ਉਹਨਾਂ ਦੇ ਬੱਚੇ ਹੈਗੇ ਆਂਡੇ ਨਿਕਲਦੇ ਹੈਗੇ ਤੇ ਉਹ ਜਿਉਂਦੇ ਰਹਿੰਦੇ ਨਾ ਮਨੁੱਖਾਂ ਜਨਮ ਦੇ ਵਿੱਚ ਮਨੁੱਖ ਸਿਮਰਨ ਕਰ ਲੈ ਇਹ ਬਹੁਤ ਵੱਡੀ ਗੱਲ ਹੈ ਆਲ ਵਰਡ ਦੀ ਪੋਪੂਲੇਸ਼ਨ ਲਗਭਗ 7.5 ਅਰਬ ਦੇ ਆਸ-ਪਾਸ ਹੈ ਤੇ 7.5 ਅਰਬ ਦੇ ਵਿੱਚੋਂ ਕਿੰਨੇ ਕ ਬੰਦੇ ਪ੍ਰਮਾਤਮਾ ਦਾ ਸਿਮਰਨ ਕਰਦੇ ਕਿੰਨੇ ਕ ਧਰਮ ਦੇ ਪਾਸੇ ਜਾਂਦੇ ਕਿਹੜੇ ਨੇ ਜਿਹੜੇ ਡੇਲੀ ਆਉਂਦੇ ਆ ਸਤਸੰਗਤ ਦੇ ਵਿੱਚ ਆਪ ਸੋਚ ਲਈਏ ਜਿਨ੍ਹਾਂ ਨੂੰ ਲਗਾਤਾਰ ਕਿਹਾ ਜਾਂਦਾ ਸਿਮਰਨ 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 ਕਰੋ ਉਹ ਤਾਂ ਕਰ ਨਹੀਂ ਸਕਦੇ ਇਹ ਕੁੰਝਾਂ ਕਿਆ ਕਰ ਲੈਣਗੀਆਂ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਆਪਣੇ ਬੱਚਿਆਂ ਦਾ ਸਿਮਰਨ ਕਰਦੇ ਆ ਬੱਚਿਆਂ ਨੂੰ ਯਾਦ ਕਰਦੇ ਆ ਜਿਵੇਂ ਮਾਂ ਆਪਣੇ ਬੱਚਿਆਂ ਨੂੰ ਯਾਦ ਕਰਦੇ ਇੱਥੇ ਧਿਆਨ ਸ਼ਕਤੀ ਦੇ ਬਾਰੇ ਦੱਸਿਆ ਕੂੰਜਾਂ ਪ੍ਰਮਾਤਮਾ ਨੂੰ ਨਹੀਂ ਸਿਮਰਦੀਆਂ ਬੱਚਿਆਂ ਨੂੰ ਸਿਮਰਦਿਆਂ ਇਹਦੇ ਵਿੱਚ ਭਗਤ ਕਬੀਰ ਜੀ ਦਾ ਇੱਕ ਪਰਮਾਨ ਹੈ ਕਬੀਰ ਝੁਗੈ ਚਿਤਾਰੇ ਭੀ ਝੁਗੈ ਝੁਗ ਝੁਗ ਚਿਤਾਰੇ ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾਰੇ ਕਹਿੰਦੇ ਜਿਵੇਂ ਕੂੰਜਾਂ ਦੇ ਮਨ ਵਿੱਚ ਆਪਣੇ ਬੱਚਿਆਂ ਦੇ ਪ੍ਰਤੀ ਮੋਹ ਮਮਤਾ ਹੁੰਦੀ ਹੈ ਉਹ ਸੌਂਦੀਆਂ ਖਾਂਦੀਆਂ ਪੀਂਦੀਆਂ ਚੁਗਦੀਆਂ ਆਪਣੇ ਬੱਚਿਆਂ ਬਾਰੇ ਸੋਚਦੀਆਂ ਐਵੇਂ ਤੂੰ ਪ੍ਰਮਾਤਮਾ ਬਾਰੇ ਸੋਚ ਕਬੀਰ ਚੁਗੈ ਚਿਤਾਰੇ ਭੀ ਚੁਗੈ ਚੁਗ ਚੁਗ ਚਿਤਾਰੇ ਜੈਸੇ ਬਚਰੈ ਕੂੰਜ ਮਨ ਮਾਇਆ ਮਮਤਾ ਰੇ ਕੂੰਜਾਂ ਨੇ ਆਪਣੇ ਆਂਡੇ ਦਿੱਤੇ ਬਰਫੀਲੇ ਇਲਾਕੇ ਦੇ ਵਿੱਚ ਉੱਡ ਕੇ ਇੱਧਰ ਆ ਗਈਆਂ ਠੰਡ ਬਹੁਤ ਜ਼ਿਆਦਾ ਪੈ ਗਈ ਉੱਥੇ ਨਹੀਂ ਰਹਿ ਸਕਦੀਆਂ ਮਰ ਜਾਣਗੀਆਂ ਪਰ ਆਂਡੇ ਨਹੀਂ ਲਿਆ ਸਕਦੀਆਂ ਹੁਣ ਆਂਡੇ ਉਤਨਾ ਚਰ ਬਰਫ਼ ਦੇ ਵਿੱਚ ਨੇ ਉਹ ਆਂਡੇ ਪੱਕਣਗੇ ਕਿਵੇਂ ਉਹਨਾਂ 'ਚ ਬੱਚੇ ਕਿਵੇਂ ਨਿਕਲਣਗੇ ਜੇ ਨਿਕਲ ਗਏ ਫਿਰ ਉਹਨਾਂ ਦੇ ਢਿੱਡ ਕਿਵੇਂ ਭਰਨਾ ਹੈ ਹਰ ਸਮੇਂ ਕੁੰਝਾਂ ਦਾ ਧਿਆਨ ਆਪਣੇ ਬੱਚਿਆਂ ਵਿੱਚ ਰਹਿੰਦਾ ਲਗਾਤਾਰ ਇੱਕੋ ਪਾਸੇ ਮਨ ਦਾ ਪ੍ਰਵਾਹ ਸਭ ਪਾਸਿਓਂ ਰੋਕਦਾ ਇੱਕ ਐਸੀ ਸ਼ਕਤੀ ਪੈਦਾ ਹੁੰਦੀ ਹੈ ਉਹਦਾ ਜਿਹੜਾ ਅਸਰ ਦੂਜੇ ਨੂੰ ਹੁੰਦਾ ਹੈਗਾ ਉਦਾਸਰ ਦੂਸਰੇ ਨੂੰ ਹੁੰਦਾ ਹੈ ਇਤਨੇ ਸਾ ਸੰਗਜੀ ਧਿਆਨ ਦੇ ਵਿੱਚ ਸ਼ਕਤੀ ਹੈਗੀ ਅਸਲ ਸ਼ਕਤੀ ਹੈਗੀ ਹੀ ਧਿਆਨ ਦੇ ਵਿੱਚ ਹੈ ਤੁਸੀਂ ਧਿਆਨ ਤੋਂ ਬਿਨਾ ਕੋਈ ਵੀ ਕੰਮ ਕਰੋ ਸਫਲ ਨਹੀਂ ਹੋਵੋਗੇ ਤੁਹਾਡਾ ਧਿਆਨ ਹੀ ਨਹੀਂ ਹੈਗਾ ਕਿ ਮੈਂ ਲਿਖੀ ਰਿਹਾਗਾ ਕਈ ਵਾਰ ਲਿਖੀ ਜਾਂਨੇ ਲਿਖੀ ਜਾਂਨੇ ਲਿਖੀ ਜਾਂਨੇ ਬਾਅਦ ਕਹਿੰਦੇ ਉਹ ਆਹ ਮੈਂ ਕੀ ਲਿਖ ਦਿੱਤਾ ਲਿਖਣਾ ਮੈਂ ਕੋਸੀ ਲਿਖ ਮੈਂ ਕੋਸ ਦਿੱਤਾਗਾ ਕਈ ਵਾਰ ਆਪਾਂ ਮੋਟਰਸਾਈਕਲ ਕਾਰ ਗੱਡੀ ਤੇ ਜਾ ਰਹੇ ਹੁੰਨੇ ਆਗੇ ਪਤਾ ਨਹੀਂ ਅਸੀਂ ਕਿਹੜੇ ਕਿਹੜੇ ਸੋਚਾਂ ਵਿੱਚ ਚਲੇ ਜਾਂਦੇ ਆ ਜਾਣਾ ਹੁੰਦਾ ਸਿੱਧਾ ਅਸੀਂ ਟਰਨ ਇਧਰ ਉਲ ਲੈ ਜਾਂਦੇ ਆ 5-7 ਕਿਲੋਮੀਟਰ ਬਾਅਦ ਕਹਿੰਦਾ ਉਹ ਆ ਮੈਂ ਇਧਰ ਕਿਧਰ ਆ ਗਿਆ ਮੈਂ ਤਾਂ ਉਧਰ ਜਾਣਾ ਸੀ ਧਿਆਨ ਹੀ ਨਹੀਂ ਰਿਹਾਗਾ ਇੱਕ ਬੰਦਾ ਦੂਜੇ ਨਾਲ ਗੱਲ ਕਰਦਾ ਕਹਿੰਦਾ ਦੋ ਮਿੰਟ ਰੁਕੀ ਦੁਬਾਰਾ ਰਿਪੀਟ ਕਰੀ ਕਿਉਂ ਮੈਨੂੰ ਸੁਣਿਆ ਸਮਝ ਨਹੀਂ ਆਇਆ ਤੈਨੂੰ ਤਾਂ ਸੁਣਾ ਰਿਹਾ ਨਹੀਂ ਮੇਰਾ ਧਿਆਨ ਕਿਤੇ ਹੋਰ ਚਲੇ ਗਿਆ ਸੀ ਮੈਂ ਹਰ ਫੀਲਡ ਦੇ ਵਿੱਚ ਧਿਆਨ ਹੈ ਅਗਰ ਧਿਆਨ ਨਹੀਂ ਹੈਗਾ ਗੁਰੂ ਪਿਆਰੀ ਸਾਧ ਸੰਗਤ ਜੀ ਤਾਂ ਸਮਝੋ ਕੰਮ ਨਹੀਂ ਜੇ ਬਣੇਗਾ ਮੈਂ ਦੁਬਾਰਾ ਫਿਰ ਅਖਰੀ ਲਫ਼ਜ਼ ਰਿਪੀਟ ਕਰਦਾ ਕਿਸੇ ਵੀ ਵਸਤੂ ਦੇ ਪ੍ਰਤੀ ਭਾਵੇਂ ਉਹ ਸਾਡੇ ਸਰੀਰ ਦੇ ਅੰਦਰ ਹੈ ਭਾਵੇਂ ਸਾਡੇ ਸਰੀਰ ਤੋਂ ਬਾਹਰ ਹੈ ਮਨ ਦੀ ਬਿਰਤੀ ਦਾ ਪ੍ਰਵਾਹ ਕੰਟੀਨਿਊਸ ਉਹਦੇ ਵੱਲ ਜਾਏਗਾ ਤਾਂ ਇਤਨੀ ਸ਼ਕਤੀ ਪੈਦਾ ਹੋਏਗੀ ਕਿ ਉਹ ਪ੍ਰਭਾਵਿਤ ਹੋ ਜਾਏਗਾ ਤੁਸੀਂ ਦਵਾਈ ਬੂਟੀ ਲੈਨੇਓ ਡਾਕਟਰ ਤੇ ਬਿਲਕੁਲ ਵਿਸ਼ਵਾਸ ਨਾ ਕਰੋ ਉਹ ਦਵਾਈ ਬੂਟੀ ਬਹੁਤਾ ਅਸਰ ਨਹੀਂ ਕਰੇਗੀ ਤੁਹਾਡੇ ਤੇ ਅਗਰ ਸੰਸੰਗਤ ਜੀ ਤੁਹਾਡਾ ਆਪਣੇ ਤੇ ਪੂਰਾ ਫੁੱਲ ਕੌਨਫੀਡੈਂਸ ਹੈ ਤੁਸੀਂ ਆਪਣੇ ਅੰਦਰ ਦੀ ਕੋਈ ਵੀ ਬਿਮਾਰੀ ਬਿਨਾ ਦਵਾਈ ਤੋਂ ਵੀ ਠੀਕ ਕਰ ਸਕਦੇ ਹੋ ਇਤਨੀ ਧਿਆਨ ਦੇ ਵਿੱਚ ਸ਼ਕਤੀ ਹੈ ਧਿਆਨ ਲਾ ਕੇ ਪ੍ਰਮਾਤਮਾ ਦੇ ਦਰਸ਼ਨ ਹੋ ਜਾਂਦੇ ਐ ਤੇ ਹੋਰ ਕਿਸੇ ਦਾ ਕੀ ਕੋਣ ਨਾ ਦੱਸੋ ਸਭ ਤੋਂ ਵੱਡਾ ਕੰਮ ਪ੍ਰਮਾਤਮਾ ਵਾਲਾ ਹੀ ਹੈ ਨਾ ਆਪਾਂ ਧਿਆਨ ਧਰਦੇ ਆਂ ਹੋਲੀ-ਹੋਲੀ ਧਿਆਨ ਪੱਕਦਾ ਮਨ ਇੱਧਰ-ਉੱਧਰ ਦੌੜਦਾ ਮਨ ਰੁਕਦਾ ਨਹੀਂ ਹੈਗਾ ਇੱਕ ਟਾਈਮ ਇਹ ਜਾਂਦਾ ਧਿਆਨ ਪਰਮਾਤਮਾ ਵੱਲ ਲੱਗ ਜਾਂਦਾ ਦਰਸ਼ਨ ਹੋ ਜਾਂਦੇ ਹੈਗੇ ਸ਼ੀਸ਼ਾ ਹਿਲਦਾ ਪਿਆਗਾ ਕੁਝ ਨਜ਼ਰ ਆਏਗਾ ਸ਼ੀਸ਼ਾ ਟਿਕਿਆ ਬਿਲਕੁਲ ਲਗਾਤਾਰ ਦੇਖਿਆ ਧਿਆਨ ਦੇਣਾ ਸਭ ਕੁਝ ਨਜ਼ਰ ਆ ਜਾਏਗਾ ਬਹੁਤ ਸਮਾਂ ਪਿਆ ਸਾਡਾ ਕੋਈ ਡਿੱਗ ਗਿਆ ਐਵੇਂ ਨਜ਼ਰ ਮਾਰੋ ਕੁਝ ਨਜ਼ਰ ਨਹੀਂ ਆਏਗਾ ਟਕਾ ਕੇ ਨਜ਼ਰ ਮਾਰੋ ਤੁਹਾਨੂੰ ਨਜ਼ਰ ਆ ਜਾਏਗਾ ਇਹਨੂੰ ਕਹਿੰਦੇ ਧਿਆਨ ਸ਼ਕਤੀ ਸੋ ਅੱਜ ਦੇ دیਵਾਨਾ ਵਿੱਚ ਅਸੀਂ ਦੋ ਪ੍ਰਮਾਣ ਸੰਸਾਰੀ ਸਰਵਣ ਕੀਤੇ ਹੈ ਕਿ ਧਿਆਨ ਸ਼ਕਤੀ ਵਿੱਚ ਕਿਤਨਾ ਬਲ ਹੈ ਕਛਵੀ ਆਂਡੇ ਦਿੰਦੀ ਹੈ ਰੇਤ ਦੇ ਵਿੱਚ ਆਪਣੇ ਆਂਡਿਆਂ ਬਾਰੇ ਨਿਰੰਤਰ ਸੋਚਦੀ ਹੈ ਉਹਦੀ ਜਿਹੜੀ ਸੋਚ ਮਨ ਦਾ ਪ੍ਰਵਾਹ ਇਤਨਾ ਜਿਆਦਾ ਸ਼ਕਤੀਸ਼ਾਲੀ ਹੁੰਦਾ ਹੈ ਕਿ ਆਂਡੇ ਟੁੱਟਦੇ ਹੈ ਬੱਚੇ ਸਿੱਧੇ ਪਾਣੀ ਦੇ ਵਿੱਚ ਦੌੜਦੇ ਹੈ ਦੂਸਰਾ ਕੁੰਜਾਂ ਦਾ ਧਿਆਨ ਇਹ ਤਾਂ ਸੰਸਾਰੀ ਹੋ ਗਏ 84 ਲੱਖ ਜੋ ਉਹਨਾਂ ਦੇ ਵਿੱਚੋਂ ਪ੍ਰਮਾਣ ਲਿਆ ਕਲ ਦੇ دیਵਾਨਾ ਦੇ ਵਿੱਚ ਸਾਧ ਸੰਗਤ ਜੀ ਇਹਨੂੰ ਕੰਟੀਨਿਊਸ ਕਰਦੇ ਆ ਹੋਇਆ ਆਪਾਂ ਪਰਮਾਰਥ ਦੇ ਵਿੱਚੋਂ ਗੁਰਸਿੱਖੀ ਦੇ ਵਿੱਚੋਂ ਇੱਕ ਪ੍ਰਮਾਣ ਲੈਣਾ ਕਿ ਧਿਆਨ ਦੇ ਵਿੱਚ ਕਿੰਨੀ ਸ਼ਕਤੀ ਹੈਗੀ ਸੋ ਆਓ ਸ਼ੁਕਰਾਨਾ ਕਰੀਏ ਪਰਮਾਤਮਾ ਦਾ ਬੜੇ ਪਿਆਰ ਦੇ ਨਾਲ ਜਿਹਦੀ ਕਿਰਪਾ ਨਾਲ ਸਾਨੂੰ ਸਾਧ ਸੰਗਤ ਦੇ ਵਿੱਚ ਬਹਿਣਾ ਨਸੀਬ ਹੋਇਆ ਵਾਹਿਗੁਰੂ ਵਾਹਿਗੁਰੂ vahe guru vahe guru vahe guru vahe guru vahe guru, wahe guru. Wahe guru. ਤਨ ਓਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹਲਾ ਤੀਜਾ ਅਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣਿਆਈਆਂ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸੰਭ ਵਿਸਾਰਣਾ ਸਭ ਨਾਗਲਾਂ ਸਮਰਤ ਸਵਾਮੀ ਸੋ ਕਿਉ ਮਨੋ ਵਿਸਾਰੇ ਸਾਚੀ ਸਾਹਿਬਾ ਕਿਆ ਨਹੀਂ ਕਰ ਤੇਰੇ ਸਦਾ ਸਿਵਤ ਸਲਾ ਤੇਰੀ ਨਾਮ ਮਨ ਵਸਾਵਾਏ ਕਹੈ ਨਾਨਕ ਸਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਕਰ ਸੰਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਕਹਿ ਨਾਨਕ ਸੁਣੋ ਸੰਤੋ ਸਬਦ ਤੁਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਪੰਜ ਦੂਤ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ ਕਹ ਨਾਨਕ ਤੈ ਸਗੋ ਆਤਿਤ ਕਰਿ ਅਨਹਦ ਵਾਜੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਵਿਸੂਰੇ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿਤ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤ ਤਠਾ ਠਾਕੁਰ ਬੋਲਣਾ ਜੀ ਵਾਹਿਗੁਰੂ 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 ਜੀ ਅਰਦਾਸ ਏਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਇ ਵਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੋਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAM ਦਾਸ ਐ ਹੋਈਂ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਰਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੋ ਨਿਦਿਆਵੇ ਤਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਬਾੜ ਦਰਸ਼ਨ ਦੇ ਦਾਰ ਦਾ ਧਿਆਨ ਤਰ ਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੋਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਤ ਕੀਤਾ ਤਿੰਨਾ ਪਿਆਰਿਆਂ ਸੱਚਿਆਰਿਆਂ ਕੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਜਿਨ੍ਹਾਂ ਸਿੰਘਾਂ ਸੰਗਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਚੜ੍ਹਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀਆਂ ਸੇਵਾ ਹਿੱਤ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਭਾਈ ਤਿਨਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਣਾ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਉ ਵਾਹਿਗੁਰੂ 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 ਚੇਤੇ ਆਵੈ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਏ ਦੇਗ ਤੇਗ ਫਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਬਖਸ਼ਣਾ ਜੀ ਸਿੱਖਾਂ ਨੂੰ ਸਿੱਖੀ দান ਕੇ ਇਸ দান ਰਹਿਤ দান ਬਵੇਕ দান ਵਿਸਾ দান ਭਰੋਸਾ দান ਦਾਨਾਂ ਸਰਦਾਨ ਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੋਗਾ ਟਲ ਧਰਮ ਕਾ ਜਾਕਾਰ ਹੋਵੇ ਬੋਲਣਾ ਜੀ ਆਪ ਜੀ ਦੇ ਸਿੱਖਾਂ ਦਾ ਮਾਨ ਨੀਵਾ ਮੱਤ ਉੱਚੀ ਮਤ ਦਾ ਰੱਖਾ ਆਪਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜਿਉ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰੂ ਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੇਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਣਾ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਓਂ ਕੀ ਓਟ ਸੱਚੇ ਪਿਤਾ ਵਾਹਿਗੁਰੂ ਜੀਉ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅੰਮ੍ਰਿਤ ਵੇਲੇ ਸਜੇ ਪਵਿੱਤਰ ਦੀਵਾਨਾਂ ਦੇ ਵਿੱਚ ਆਸਾ ਕੀ ਵਾਰ ਦੇ ਕੀਰਤਨ ਜਾਪ ਸਾਹਿਬ ਜੀ ਕੀ ਲੜੀ ਵਾਰ ਗੁਰ ਸ਼ਬਦ ਕਥਾ ਵਿਚਾਰ ਛੇ ਪੋੜੀਆਂ आनंद ਸਾਹਿਬ ਜੀ ਕੇ ਪਾਠ ਕੀ ਅਰਦਾਸ ਬੇਨਤੀ ਬਾਣੀ ਪੜਦਿਆਂ ਹਜ਼ੂਰੀ ਦੇ ਵਿੱਚ ਵਿਚਰਦਿਆਂ ਸੇਵਾ ਕਰਦਿਆਂ अनेका ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਆਪ ਜੀ ਦੇ ਦਰ ਤੇ ਜੋ ਵੀ ਸੰਗਤ ਦੂਰੋਂ ਨੇੜਿਓਂ ਚੱਲ ਕੇ ਆਈ ਸਭ ਸੰਗਤ ਦੀ ਹਾਜ਼ਰੀ ਪਰਵਾਨ ਕਰਨ ਦੀ ਕਿਰਪਾਲਤਾ ਕਰਨਾ ਸਰਬੱਤ ਸੰਗਤਾਂ ਦੇ ਸਿਰ ਤੇ ਆਪਣਾ ਮੇਰ ਭਰਿਆ ਹੱਥ ਰੱਖਣਾ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਰਦਾਰ ਓਮਕਾਰ ਸਿੰਘ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਜੀਵਨ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਸ੍ਰੀ ਸਹਿਜ ਪਾਠ ਆਰੰਭ ਕਰਾਉਣ ਦੇ ਅਰਦਾਸ ਬੇਨਤੀ ਜੋਜੜੀ ਕਰਦੇ ਨ ਕਿਰਪਾਲਤਾ ਕਰਨਾ ਜੀ ਸਰਦਾਰ ਔੰਕਾਰ ਸਿੰਘ ਨੂੰ ਆਪ ਜੀ ਕਿਰਪਾ ਕਰਕੇ ਲੰਮੀ ਉਮਰ ਦੇਹ ਰੋਗਤਾ ਦੀ ਦਾਤ ਗੁਰਸਿੱਖੀ ਨਾਮ ਬਾਣੀ ਦੀਆਂ ਦਾਤਾਂ ਸਾਰੇ ਪਰਿਵਾਰ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨਾ ਜੀ ਬਾਣੀ ਪੜਨ ਦਾ ਬਲ ਬਖਸ਼ਿਸ਼ ਕਰਨਾ ਬਾਣੀ ਹਿਰਦੇ ਵਿੱਚ ਵਸੇ ਐਸੀ ਕਿਰਪਾਲਤਾ ਕਰਨਾ ਰਹਿਮਤਾਂ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਵਿਨਮਰਤਾ ਸਹਿਤ ਅਰਦਾਸ ਬੇਨਤੀ ਜੋੜੀ ਕਰਦੇ ਬੇਅੰਤ ਮਾਇਆ ਅਰਦਾਸ ਕਰਵਾਉਣ ਦੇ ਲੱਗੀ ਮਾਇਆ ਸਫਲੀ ਕਰਨੀ ਜੀ ਬਖਸ਼ਿਸ਼ ਕੀਤੀਆਂ ਹੋਈਆਂ ਦਾਤਾਂ ਵਿੱਚੋਂ ਆਪ ਜੀ ਕੇ ਹਜ਼ੂਰ ਪਵਿੱਤਰ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਿਰਪਾ ਕਰਕੇ ਪ੍ਰਵਾਨ ਕਰਨਾ। ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤੇ ਜੋ ਛਕੇ ਸਤਨਾਮ। ਵਾਹਿਗੁਰੂ 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 ਜਪੇ ਕਿਰਪਾ ਕਰੋ ਪਾਵਨ ਪਵਿੱਤਰ ਹੁਕਮ ਬਖਸ਼ਿਸ਼ ਕਰਕੇ ਨਿਹਾਲ ਕਰਨ ਦੀ ਕਿਰਪਾਲਤਾ ਕਰਨਾ ਸੇਈ ਗੁਰਮਖ ਪਿਆਰੇ ਮੇਲਣਾ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਿ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋ ਚਹੈ ਰਾਜ ਕਰੇਗਾ ਖਾਲਸਾ ਖਵਾਰ ਹੋਏ ਸਭ ਮਿਲਾਂਗੇ ਖਵਾਰ ਹੋਏ ਸਭ ਮਿਲਾਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌ ਲੰਗੇ ਉਠ ਨਾਮ ਜਪ ਸਵੇ ਬਾ ਸੂਰਿਆ ਰਾਦ ਕਰਾ ਤੁਜ ਨਵਯਪੋਈ ਨਾਨਕ ਮਿਟੈ ਉਪਾਦ ਸਤਨਾਮ ਸ਼੍ਰੀ ਗੁਰੂ ਸਾਹਿਬ ਜਿਉ ਤਨਾਸਰੀ ਮਹਲਾ 5 ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਤੋ ਬਿਦਨੇ ਕੀ ਘਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਤੋ ਬਿਦਨੇ ਕੀ ਖਟਾਨੀ ਜੀ ਕੀ ਏਕੈ ਹੀ ਪਹਿਮਾਨੀ ਅਵਰ ਯਤਨ ਕਰ ਰਹੇ ਬਹੁ ਤੇਰੇ ਤਿਨ ਤਿਲ ਨਹੀਂ ਕੀਮਤ ਜਾਣੀ ਰਹਾਓ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮਨ ਤਾਨੀ ਦਿਗੈ ਨ ਡੋਲੈ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਓਏ ਜੋ ਬੀਚ ਹਮ ਤੁਮ ਖਚ ਹੋਤੇ ਤਿਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਵਖਾਨੀ ਪ੍ਰਗਟਿਓ ਜੋਤ ਸਹਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨੇ ਚਲ ਕਰ ਬਾਦਿਓ ਗੁਰ ਕੀਓ ਬੰਧਨੀ ਪ੍ਰਗਟਿਓ ਜੋਤ ਸਹਜ ਸੁਖ ਸੋਭਾ ਬਾਜੇ ਅਨਹਤ ਬਾਣੀ ਕਹੋ ਨਾਨਕ ਨੇ ਚਲ ਕਰ ਬਾਦਿਓ ਗੁਰ ਕੀਓ ਬੰਧਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੋ ਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੇ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾ ਲੱਖ ਹੋਇ ਤਾਂ ਇੱਕ ਨ ਚੱਲੇ ਨਾਲ ਕਿਵ ਸਜਿਆਰਾ ਹੋਈਐ ਕਿਵ ਕੋੜਾ ਟੁੱਟੈ ਪਾਲ ਕੁਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਣ ਆਕਾਰ ਕੁਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸਿ ਕੋ ਹੁਕਮੀ ਸਦਾ ਪੁਆਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਭੁਜੈ ਤਾ ਹਉਮੈ ਕਹਿ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਣੈ ਨਿਸ਼ਾਨ ਗਾਵੇ ਕੋ ਗੁਣ ਵੜਿਆਈਐ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਝ ਕਰੇ ਤਨ ਕੇ ਗਾਵੇ ਕੋ ਜੀ ਲੈਂ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦ ਰਹਾ ਦੂਰ ਕਾਤ ਨਾ ਕਤਿ ਨਾ ਵੈ ਧੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇਦਾ ਦੇਲੈ ਦੇ ਤਕ ਪਾਹੇ ਜੁਗਾ ਜੁਗੰਤਰ ਖਾਏ ਖਾਏ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪਰਵਾਹ ਸਾਚਾ ਸਾਹਿਬ ਸਾਚਨੈ ਭਾਖਿਆ ਪਾਉ ਆਪਾ ਰਾਖੈ ਮੰਗੈ ਦੇ ਦੇ ਦਾਤ ਕਰੇ ਦਾਤਾਰ ਫਿਰ ਕਹਿ ਆ ਗਿਆ ਰੱਖੀਐ ਜਿਦ ਸੈ ਦਰਬਾਰ ਮੋ ਕਹਿ ਬੋਲਣ ਬੋਲੀਐ ਜੇ ਸੁਣ ਧਰੇ ਪਿਆਰ ਅਮਰਤ ਵੇਲਾ ਸਚਨਾਉ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਤਾਂ ਪਿਆਨ ਜਾਏ ਕੀਤਾ ਨਾ ਹੋਇ ਆਪੇ ਆਪ ਨਰਨਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਆਪਿ ਅਗੁਣੀ ਨਿਧਾਨ ਗਾਵਿਆ ਸੁਣੇ ਅਮਰਕਿਆ ਭਾਉ ਦੁਖ ਪਰਹਰ ਜੋ ਕਰ ਲੈ ਜਾਏ। ਗੁਰਮੁਖ ਨਾਦੁ ਗੁਰਮੁਖ ਵੇਦੰ ਗੁਰਮੁ ਕਰਿਆ ਸਮਾਈ ਗੁਰਈਸਰ ਗੁਰਗੋਰਖ ਪਰਮਾ ਗੁਰਪਾਰਵਤੀ ਮਾਈ। ਜੇ ਹੋਂ ਜਾਣਾ ਕਾ ਨਹੀਂ ਕਹਿਣਾ ਕਤ ਨਾ ਜਾਈ ਗੁਰਾਂ ਇੱਕ ਦੇ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਗੁਰਾਂ ਇੱਕ ਦੇ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿ ਗੁਰੂ ਸਤ ਨਾਮ ਏ ਗੁਰੂ ਸਤ ਨਾਮ ਵਾਹਿ ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿ ਗੁਰੂ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ